हेलो फ्रेंड्स गिल्स मैंटोर ई लर्निंग प्लेटफॉर्म पर स्वागत है अब पंद्रह जनवरी है तो आप रेडी हैं अपने करंट अफेयर सैशन के करंट अफेयर सैशन जो कि इंपोर्टेंट रहेगा डिफरेंट डिफरेंट एग्जाम्स पंजाब पटवारी पी पी एस सी पी सी एस एस एससी सी जी एल सी एच एस एल एन टी और डिफरेंट डिफरेंट एग्जाम है स्टार्ट करा सैशन सब तो पहले सैशन में शेयर करना स्टार्ट कर दो जिथे भी शेयर कर सकते हो वट्सअप टेलीग्राम फेसबुक जिथे भी अपने फ्रेंड्स के नाल ਜੁੜੇ ਹੋਇਓ ਕਾਈਂਡਲੀ ਸੈਸ਼ਨ ਨੂੰ ਸ਼ੇਅਰ ਕਰਨਾ ਸਟਾਰਟ ਕਰ ਦੋ ਆਈਬੀਪੀਐਸ ਆਰਆਰਬੀ ਜੇਈ ਪੰਜਾਬ ਪੰਜਾਬ ਪੁਲਿਸ ਐਸਆਈ ਔਰ ਪਟਵਾਰੀ ਦੇ ਲਈ ਬੈਚੇਸ ਲਾਂਚ ਕੀਤੇ ਜਾ ਚੁੱਕੇ ਨੇ ਪਟਵਾਰੀ ਦੀ ਜੇਕਰ ਆਪਾਂ ਗੱਲ ਕਰਦੇ ਨੇ ਨੋਟੀਫਿਕੇਸ਼ਨ ਆ ਗਈ ਹੈ ਔਰ ਤਕਰੀਬਨ 8 ਬੈਚੇਸ ਸਾਡੇ ਚੱਲ ਰਹੇ ਨੇ ਨੈਕਸਟ ਬੈਚ ਵੀ ਲਾਂਚ ਕੀਤਾ ਜਾ ਰਿਹਾ ਹੈ ਅਗਰ ਤੁਸੀਂ ਚਾਹੋ ਤਾਂ ਐਨਰੋਲ ਕਰਵਾ ਸਕਦੇ ਹੋ ਐਨਰੋਲ ਕਰਵਾਉਣ ਦੇ ਲਈ ਸਿੰਪਲੀ ਤੁਸੀਂ ਸਾਡੀ ਐਪਲੀਕੇਸ਼ਨ ਡਾਊਨਲੋਡ ਕਰ ਸਕਦੇ ਹੋ ਤੇ ਉੱਥੇ ਆਪਣੇ ਆਪ ਨੂੰ ਐਨਰੋਲ ਕਰਵਾ ਸਕਦੇ ਹੋ ਜਾਂ ਫਿਰ ਤੁਸੀਂ ਸਾਡੀ ਵੈਬਸਾਈਟ ਤੇ ਵੀ ਵਿਜ਼ਿਟ ਕਰ ਸਕਦੇ ਹੋ चैनल फर्स्ट टाइम विजिट कर रहे हो चैनल में सबसक्राइब जरूर कर लो और वीडियोज़ में लाइक एंड शेयर जरूर कर दे कंटेंट सारा साढ़े ही डेवलप किया जा रहा है एग्जाम ओरएंटड ही कंटेंट न डेवलप किया जाए और उसको तो स्टडी करवाई जाती है ठीक है हर एक टीचर पूरी मेहनत कर रहा है अगर आप गल करते हैं पूरी टीम अच्छे तरीके मेहनत कर रही है तुम चाहो तो किसी भी त टीचर ज कलास है देख सकते हो यूट्यूब फ्री क्लासिस प्रोवाइड की जा रही ने या फिर पेड कोर्सिस ਵੀ ਅਪਲਾਈ ਕੀਤੇ ਜਾ ਰਹੇ ਨੇ ਕਿ ਚਾਹੋ ਤੁਸੀਂ ਇਨਰੋਲ ਕਰਵਾ ਸਕਦੇ ਹੋ ਸਟਾਰਟ ਕਰਦੇ ਹਾਂ ਸੈਸ਼ਨ ਸਭ ਤੋਂ ਪਹਿਲੇ ਸੈਸ਼ਨ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਉਹਨਾਂ ਨਿਊਜ਼ ਨੂੰ ਜਿਨ੍ਹਾਂ ਨੂੰ ਕੱਲ ਆਪਾਂ MCQ ਫਾਰਮ ਦੇ ਵਿੱਚ ਡਿਸਕਸ ਕੀਤਾ ਸੀ ਉਹਨਾਂ ਦੀ ਰਿਵੀਜ਼ਨ ਕਰਾਂਗੇ ਔਰ ਚੱਲਾਂਗੇ ਅੱਜ ਦੀ ਮੋਸਟ ਇੰਪੋਰਟੈਂਟ ਨਿਊਜ਼ ਨੂੰ MCQ ਫਾਰਮ ਦੇ ਵਿੱਚ ਹੀ ਡਿਸਕਸ ਕਰਾਂਗੇ ਇਸੇ ਦੇ ਨਾਲ ਕੰਟੈਂਟ ਸਾਨੂੰ ਪੰਜਾਬੀ ਦੇ ਵਿੱਚ ਵੀ ਪ੍ਰੋਵਾਈਡ ਕੀਤਾ ਜਾ ਰਿਹਾ ਕੁਝ ਬੱਚੇ ਪੰਜਾਬੀ ਦੇ ਵਿੱਚ ਕੰਟੈਂਟ ਮੰਗ ਰਹੇ ਸੀ ਤਾਂ ਉਹਨਾਂ ਨੂੰ PDF ਦੇ ਵਿੱਚ ਪੰਜਾਬੀ ਦੇ ਵਿੱਚ ਵੀ ਕੰਟੈਂਟ ਪ੍ਰੋਵਾਈਡ ਕੀਤਾ ਜਾ ਰਿਹਾ ਠੀਕ ਹੈ पीडीएस ਨੂੰ ਟੈਲੀਗ੍ਰਾਮ ਚੈਨਲ ਤੋਂ ਮਿਲ ਜਾਇਆ ਕਰੇਗੀ ਚਾਹੋ ਤਾਂ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦਾ ਸਟਾਰਟ ਕਰਦੇ ਹਾਂ ਸੈਸ਼ਨ 11 ਜਨਵਰੀ 11 ਜਨਵਰੀ ਨੂੰ ਨੈਸ਼ਨਲ ਹਿਊਮਨ ਟ੍ਰੈਫਿਕਿੰਗ ਡੇ ਨੈਸ਼ਨਲ ਹਿਊਮਨ ਟ੍ਰੈਫਿਕਿੰਗ ਡੇ ਅਬਜ਼ਰਵ ਕੀਤਾ ਗਿਆ ਸੀ ਇਸੇ ਦੇ ਨਾਲ ਜਨਵਰੀ ਮੰਥ ਨੂੰ ਨੈਸ਼ਨਲ ਹਿਊਮਨ ਟ੍ਰੈਫਿਕਿੰਗ ਮੰਥ ਅਬਜ਼ਰਵ ਕੀਤਾ ਜਾ ਰਿਹਾ ਹੈ 11 ਜਨਵਰੀ ਨੂੰ ਹੀ ਥ ਡੈਥ ਐਨੀਵਰਸਰੀ ਸੀ ਦੂਸਰੇ ਪ੍ਰਾਈਮ ਮਿੰਿਸਟਰ ਇੰਡੀਆ ਦੇ ਦੂਸਰੇ ਪ੍ਰਾਈਮ ਮਿੰਿਸਟਰ ਲਾਲ ਬਹਾਦਰ ਸ਼ਾਸਤਰੀ ਦੀ ਠੀਕ ਹੈ ਜਿਨ੍ਹਾਂ ਦਾ ਜਨਮ 1966 ਦੇ ਵਿੱਚ ਹੋਇਆ ਸੀ ਔਰ ਉਹਨਾਂ ਦੁਆਰਾ ਜੈ ਜਵਾਨ ਜੈ ਕਿਸਾਨ ਸਲੋਗਨ ਦਿੱਤਾ ਗਿਆ ਸੀ ਜੈ ਜਵਾਨ ਜੈ ਕਿਸਾਨ ਸਲੋਗਨ ਵੀ ਕਿੰਨਾ ਦੁਆਰਾ ਦਿੱਤਾ ਗਿਆ ਸੀ ਤਾਂ ਦੂਸਰੇ ਪ੍ਰੈਮਿੰਸਟਰ ਲਾਲ ਬਹਾਦਰ ਸ਼ਾਸਤਰੀ ਦੁਆਰਾ ਕਿੱਥੇ ਡੈਥ ਹੋਈ ਸੀ ਇਹਨਾਂ ਦੀ ਤਾਸ਼ਕੰਤ ਦੇ ਵਿੱਚ ਤਾਸ਼ਕੰਤ ਦੇ ਵਿੱਚ ਇਹਨਾਂ ਦੀ ਡੈਥ ਹੋਈ ਸੀ ਨੈਸ਼ਨਲ ਰੋਡ ਸੇਫਟੀ ਮੰਥ ਨੈਸ਼ਨਲ ਰੋਡ ਸੇਫਟੀ ਮੰਥ 18 ਜਨਵਰੀ ਤੋਂ 17 ਫਰਵਰੀ 2021 ਤੱਕ ਅਬਜ਼ਰਵ ਕੀਤਾ ਜਾ ਰਿਹਾ ਹੈ ਇੰਪੋਰਟੈਂਟ ਰਹੇਗਾ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਪੀਐਮ ਫਸਲ ਬੀਮਾ ਯੋਜਨਾ ਨੇ ਵੀ 5 ਸਾਲ ਪੂਰੇ ਕਿ ਤਨੇ 13 ਜਨਵਰੀ ਨੂੰ ਇਸ ਸਕੀਮ ਨੂੰ 2016 ਦੇ ਵਿੱਚ ਲਾਂਚ ਕੀਤਾ ਗਿਆ ਸੀ ਨੈਕਸਟ ਕੋਸਾਮ ਹਿਮਾਲਿਆ ਸਿੰਘ ਕੋਸਾਮ ਹਿਮਾਲਿਆ ਸਿੰਘ ਦੁਆਰਾ ਜੋ ਕਿ ਇੱਕ ਰਿਟਾਇਰਡ ਲੈਫਟਨੈਂਟ ਜਰਨਲ ਨੇ ਇਹਨਾਂ ਦੁਆਰਾ ਇੱਕ ਬੁੱਕ ਲਿਖੀ ਗਈ ਹੈ 메ਕਿੰਗ ਅ ਜਰਨਲ ਅ ਹਿਮਾਲੀਅਨ ਈਕੋ 메ਕਿੰਗ ਅ ਜਰਨਲ ਅ ਹਿਮਾਲੀਅਨ ਈਕੋ इस बुक न रिलीज़ किया गया मणिपुर के गवर्नर नजमा हैपतुला द्वारा मणिपुर के गवर्नर नजमा हैपतुुल्ला द्वारा एफ एस एस फाइनैशियल सॉफ्टवेयर एंड सिस्टम एक लीडिंग प्रोसैसर है पेमेंट प्रोसैसर इसने इंडियन पोस्ट पेमेंट बैंक के न पार्टनरशिप की है ठीक है जी ताकि उन्होंने इलाकों तक बैंकिंग फैसिलिटीज़ पहुँचा दे जिथे नहीं बैंकिंग फैसिलिटीज़ नहीं हैं करनाटका विलास ग्रामीण बैंक द्वारा भी ਐਮਓਯੂ ਸਾਈਨ ਕੀਤਾ ਗਿਆ ਜੈ ਕਿਸਾਨ ਇੱਕ ਫਿਨਟੈਕ ਪਲੈਟਫਾਰਮ ਦੇ ਨਾਲ ਜੋ ਕਿ ਜੈ ਕਿਸਾਨ ਐਗਰੀਮੈਂਟ ਕਿਸ ਨੇ ਕਿਹੜੇ ਬੈਂਕ ਨੇ ਸਾਈਨ ਕੀਤਾ ਤਾਂ ਕਰਨਾਟਕਾ ਵਿਲਾਸ ਗ੍ਰਾਮੀਣ ਬੈਂਕ ਕਰਨਾਟਕਾ ਵਿਲਾਸ ਗ੍ਰਾਮੀਣ ਬੈਂਕ ਦਾ ਹੈੱਡਕੁਆਟਰ ਧਰਵੜ ਧਰਵੜ ਕਰਨਾਟਕਾ ਦੇ ਵਿੱਚ ਹੈ ਯਾਦ ਰੱਖਾਂਗੇ ਇੰਡੀਅਨ ਪੋਸਟ ਪੇਮੈਂਟ ਬੈਂਕ ਦਾ ਹੈੱਡਕੁਆਟਰ ਨਿਊ ਦਿੱਲੀ ਦੇ ਵਿੱਚ ਹੈ ਯਾਦ ਰੱਖਾਂਗੇ ਔਰ ਇੰਡੀਅਨ ਪੋਸਟ ਪੇਮੈਂਟ ਬੈਂਕ 2018 ਦੇ ਵਿੱਚ ਬਣਾਇਆ ਗਿਆ ਸੀ ਜੇ ਵੈਂਕੇਟਾ ਰਾਮੂ ਇਸ ਦੇ ਹੈੱਡ ਨੇ ਕੱਲ ਵੀ ਆਪਾਂ ਡਿਸਕਸ ਕੀਤਾ ਸੀ ਨੈਕਸਟ ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ ਇਹਨਾਂ ਦੁਆਰਾ ਫਾਈਨੈਂਸ਼ੀਅਲ ਸਟੈਬਿਲਿਟੀ ਰਿਪੋਰਟ ਜਾਰੀ ਕੀਤੀ ਗਈ ਜਿਸ ਦੇ ਅਨੁਸਾਰ ਕਿਹਾ ਗਿਆ ਕਿ ਐਨਪੀਏ ਜਿਹੜੀ ਨੋਨ ਪਰਫਾਰਮੈਂਸ ਐਸੈਟ ਨੇ ਐਨਪੀਏ ਨੇ ਜਿਹੜੇ ਇਹ 13.5% ਹੋ ਜਾਣਗੇ ਜਿਹੜੇ ਕਿ ਪਿਛਲੇ ਸਤੰਬਰ ਦੇ ਵਿੱਚ 7.5% ਸੀਗੇ ਠੀਕ ਹੈ TCS TCS ਕਹਾਂਗੇ ਸੈਕੰਡ ਇੰਡੀਅਨ ਕੰਪਨੀ ਬਣ ਚੁੱਕੀ ਹੈ ਰिलायंस ਇੰਡਸਟਰੀਜ਼ ਤੋਂ ਬਾਅਦ ਜਿਸ ਨੇ 12 ਟ੍ਰਿਲੀਅਨ ਦੀ ਮਾਰਕੀਟ ਕੈਪਟਲਾਈਜੇਸ਼ਨ ਨੂੰ ਹਾਸਿਲ ਕੀਤਾ ਜੈ ਸ਼ਾ ਸਕੱਤਰ ਨੇ BCCI ਦੇ ਠੀਕ ਹੈ ਇਹਨਾਂ ਨੂੰ ਆਫੀਸ਼ੀਅਲ ਰਿਪ੍ਰেজੈਂਟੇਟਿਵ ਬਣਾਇਆ ਗਿਆ BCCI ਵੱਲੋਂ ICC ਦੇ ਵਿੱਚ ICC ਦੀ ਬੋਰਡ ਮੀਟਿੰਗਸ ਦੇ ਲਈ 올ਡੇਸਟ ਸਰਵਾਈਵਿੰਗ 올림픽 ਚੈਂਪੀਅਨ 올ਡੇਸਟ ਸਰਵਾਈਵਿੰਗ 올림픽 ਚੈਂਪੀਅਨ ਜਿਮਨਾਸਟ ਨੇ 1956 ਦੇ ਸਮਰ 올림픽ਸ ਦੇ ਵਿੱਚ ਇਹਨਾਂ ਦੁਆਰਾ ਮੈਡਲ ਜਿੱਤਿਆ ਗਿਆ ਸੀ ਐਗਨੈਸ ਕੈਲੀਤੀ ਐਗਨੈਸ ਕੈਲੀਤੀ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੇ ਨੇ ਹੰਗਰੀ ਤੋਂ ਬਿਲੋਂਗ ਕਰਦੇ ਨੇ ਇਹਨਾਂ ਨੇ ਆਪਣਾ 100th ਬਰਥਡੇ ਸੈਲੀਬ੍ਰੇਟ ਕੀਤਾ ਹੈ 9 ਜਨਵਰੀ ਨੂੰ ਪੁਲਜ਼ੀਕਰ ਪ੍ਰਾਈਜ਼ ਪੁਲਜ਼ੀਕਰ ਪ੍ਰਾਈਜ਼ ਵਿਨਿੰਗ ਆਥਰ ਔਰ ਜਰਨਲਿਸਟ ਨੀਲ ਸ਼ਾਹੀਨ ਨੀਲ ਸ਼ਾਹੀਨ ਜੋ ਕਿ ਪੁਲਜ਼ੀਕਰ ਪ੍ਰਾਈਜ਼ ਜਿੱਤ ਚੁੱਕੇ ਨੇ ਕਿਹੜੇ ਸਾਲ ਦੇ ਵਿੱਚ 1989 ਦੇ ਵਿੱਚ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਹੈ ਇਹਨਾਂ ਨੂੰ यह अवार्ड के नाल नैशनल बुक अवॉर्ड भी दिता गया सी, किस दे लिए अ ब्राइट शाइनिंग लाई जॉल पॉन वेन एंड अमेरिका इन वीएतना आर एम लोधा आर एम लोधा जो कि फॉर्मर चीफ जस्टिस ने इंडिया के इन्हूडॉइंट किया गया एक कमेटी दा, फार्मर्स दे फार्मर्स दे, दे का फार्मर प्रोटैसट के लिए फार्मर प्रोटैसट देपीम कोर्ट द्वारा एक कमेटी बनाई गई है इस द रि रिलेटिड जानकारी प्राप्त करने के लिए या पूरी तरीके जांच ਜਿਹੜੇ ਫਾਰਮਰ ਲਾਜ਼ ਨੇ ਉਹਨਾਂ ਦੀ ਜਾਂਚ ਕਰਨ ਦੇ ਲਈ ਜਿਹੜੀ ਕਮੇਟੀ ਬਣਾਈ ਗਈ ਹੈ ਉਸ ਦੇ ਹੈੱਡ ਕੌਨ ਅਪੁਆਇੰਟ ਕੀਤੇ ਗਏ ਨੇ ਡਾਇਰੈਕਟਲੀ ਕੋਸ਼ਨ ਤਾਂ ਆਰ ਐਮ ਲੋਧਾ ਐਪਲ ਐਪਲ ਹੈਜ਼ ਟਾਪਡ ਹਰੂਨ ਟਾਪ 500 ਮੋਸਟ ਵੈਲਿਊਏਬਲ ਕੰਪਨੀਆਂਜ਼ ਲਿਸਟ ਇੰਡੀਆ ਜੇ ਅਗਰ ਆਪਾਂ ਗੱਲ ਕਰਦੇ ਹਾਂ 11 ਕੰਪਨੀਆਂਜ਼ 11 ਕੰਪਨੀਆਂਜ਼ ਇੰਡੀਆ ਦੀਆਂ ਇਸ ਦੇ ਵਿੱਚ ਨੇ ਟੋਟਲ 500 ਦੇ ਵਿੱਚੋਂ ਔਰ ਰਿਲਾਇੰਸ ਇੰਡਸਟਰੀਜ਼ ਇਸ ਦੇ ਵਿੱਚ ਟਾਪ ਤੇ ਹੈ ਰਿਲਾਇੰਸ ਇੰਡਸਟਰੀਜ਼ ਕਿੰਵੇਂ ਨੰਬਰ ਤੇ ਹੈ ਜਾਂ 59ਵੇਂ ਨੰਬਰ ਤੇ ਹੈ ਭਾਰਤ ਬਾਇਓਟੈਕ भारत बायोटेक ने एग्रीमेंट साइन किया प्रेसीजा प्रेसी प्रेसीजा मैडीकैमेंटोस प्रेसीजा मैडीकैमेंटोस कितने की कंपनी है तो ब्राजील की कंपनी है किस लिए फॉर सप्लाई ऑफ कोवैक्सीन कोवैक्सीन की सप्लाई देगरीमेंट साइन किया गया डोनल्ड ट्रंप डोनल्ड ट्रंप ऐसे तीसरे प्रेजिडेंट बन रहे यूएसए के एंड्र्यू जॉनसन और बिल कलिटन तो बाद जिन्होंने इम्पीचमेंट फेस करनी पी है जिन्होंने इम्पीचमेंट फेस करनी पी है फ्रांस फ्रांस अलोंग विद यूनाइट नेशंस, वर्ल्ड बैंक एंड यूरोपियन यूनियन अच्छा एक गल हो दस दें डोनल्ड ट्रंप ने कोई पहली बार इंपीचमेंट फेस नहीं की है डोनल्ड ट्रंप ने खुद ने भी दूसरी बार इंपीचमेंट फेस की है दो हज़ार भी इन्होंने खिलाफ इंपीचमेंट पास की गई सी याद रखा हालांकि उस टाइम भी प्रोपर तरीके पास नहीं हो पाई सर हूं भी अगर आप गल करते हूं हजे कोई चल रहा हजे प्रोसीजर और बेसिकली वैसे भी ट्वेंटी ਜਨਵਰੀ ਨੂੰ ਨਵੇਂ ਪ੍ਰੈਜ਼ੀਡੈਂਟ ਅਤੇ ਅਪਾਇੰਟ ਕੀਤੀ ਜਾਣੀ। ਤਾਂ ਫਰਾਂਸ ਨੇ ਯੂਨਾਈਟਿਡ ਨੇਸ਼ਨਜ਼, ਵਰਲਡ ਬੈਂਕ ਅਤੇ ਯੂਰੋਪੀਅਨ ਯੂਨੀਅਨ ਦੇ ਨਾਲ ਮਿਲ ਕੇ ਵਨ ਪਲਾਨੀਟ ਸਮਿਟ ਨੂੰ ਆਰਗੇਨਾਈਜ਼ ਕੀਤਾ ਇਸ ਨੂੰ ਚਾਈਨਾ ਦੁਆਰਾ ਹੋਸਟ ਕੀਤਾ ਜਾਣਾ ਸੀ ਪਰ ਕਿਹੜੀ ਕੰਟਰੀ ਨੇ ਹੋਸਟ ਕੀਤਾ ਯਾਦ ਰੱਖਾਂਗੇ ਫਰਾਂਸ ਨੇ ਹੋਸਟ ਕੀਤਾ ਕਿਦੋਂ ਆਰਗੇਨਾਈਜ਼ ਕੀਤਾ ਗਿਆ 11 ਜਨਵਰੀ ਨੂੰ। ਸਾਊਦੀ ਅਰੇਬੀਆ ਕ੍ਰਾਊਨ ਪ੍ਰਿੰਸ ਸਾਊਦੀ ਅਰੇਬੀਆ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸੁਲਮਾਨ ਮੁਹੰਮਦ ਬਿਨ ਸੁਲਮਾਨ ਦੁਆਰਾ ਅਨਾਉਂਸ ਕੀਤੀ ਗਈ एक सिटी बनाई जाएगी विद नो रोड्स कार्स एंड कार्बन एमिशन ऑफ वन सैवंटी किलोमीटर जिसन द लाइन का नाम भी दिता जा रहा है याद रखा नोट कर लियो इतने लिखा नहीं हो द लाइन द लाइन जो बन के रेडी हो जाएगी इस दे बारे अच्छे तरीके ना डिस्कस करा काफ़ी इंटरेस्टिंग फैक्ट्स ने इस रिलेटेड ठीक है और काफ़ी ब्यूटीफुल सिटी रहेगी अगर योपर तरीके तैयार होगी हजे सिर्फ एक प्रोजेक्ट है जो अनाउंस किया गया ਡਿਫੈਂਸ ਸਕੱਤਰ ਅਜੇ ਕੁਮਾਰ ਅਜੇ ਕੁਮਾਰ 13th ਇੰਡੀਆ ਵਿਏਟਨਾਮ ਡਿਫੈਂਸ ਸਿਕਿਉਰਿਟੀ ਡਾਇਲੌਗ ਦੇ ਵਿੱਚ ਪਾਰਟਿਸਿਪੇਟ ਕੀਤਾ ਵਿਏਟਨਾਮ ਦੇ ਡਿਪਟੀ ਡਿਫੈਂਸ ਮਿਨਿਸਟਰ ਨਗੁਇਨ ਚਿਨ ਵਿਨਹੇ ਦੇ ਨਾਲ ਯੂਨ ਦੇ ਸਕੱਤਰ ਜਨਰਲ ਐਂਟੋਨੀਓ ਗੂਟਰਸ 5 ਸਾਲ ਦੀ ਐਕਸਟੈਂਸ਼ਨ ਪ੍ਰੋਵਾਈਡ ਕੀਤੀ ਗਈ ਹੈ ਇਹਨਾਂ ਨੂੰ ਇਹਨਾਂ ਦੇ ਟੈਨਰ ਦੇ ਵਿੱਚ ਯਾਦ ਰੱਖਾਂਗੇ ਗੋਆ ਗੋਆ ਦੀ ਗੱਲ ਕਰਦੇ ਹਾਂ ਤਾਂ ਗੋਆ ਦੁਬਾਰਾ ਐਂਟਰੀ ਬੈਨ ਕੀਤੀ ਗਈ ਹੈ ਨੇਬਰਿੰਗ ਸਟੇਟਸ ਤੋਂ ਯਾਨੀ ਕਿ ਕਿਸੇ ਹੋਰ ਪਰਸਨ ਦੀ ਐਂਟਰੀ ਗੋਆ ਦੇ ਵਿੱਚ ਬੈਨ ਕੀਤੀ ਗਈ ਇਨ ਅਮਰਜੈਂਸ ਆਫ ਬਰਡਸ ਗੁਜਰਾਤ ਗਵਰਨਮੈਂਟ ਅਨਾਉਂਸਡ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਐਸਓਪੀਜ਼ ਅਨਾਉਂਸ ਕੀਤੇ ਨੇ ਕਰੋਨਾ ਅਭਿਆਨ ਦੇ ਲਈ ਡਿਊ ਟੂ ਬਰਡ ਫਲੂ ਕਰੋਨਾ ਅਭਿਆਨ ਡਾਇਰੈਕਟਲੀ ਆ ਰੱਖਾਂਗੇ ਕਿ ਕਿਹੜੀ ਸਟੇਟ ਦਾ ਹੈ ਤਾਂ ਗੁਜਰਾਤ ਗਵਰਨਮੈਂਟ ਦਾ ਹੈ ਠੀਕ ਹੈ ਹਾਲਾਂਕਿ ਇਹ ਕਾਫੀ ਟਾਈਮ ਤੋਂ ਚੱਲ ਰਿਹਾ ਹੈ ਕਰੋਨਾ ਅਭਿਆਨ ਇਹ ਹਰ ਸਾਲ ਇੰਟਰਨੈਸ਼ਨਲ ਕਾਈਟ ਫੈਸਟੀਵਲ ਦੇ ਦੌਰਾਨ ਕਾਈਟਸ ਦੇ ਯੂਜ਼ ਦੇ ਨਾਲ ਜਿਹੜੀ ਬੇਸਿਕਲੀ ਡੋਰ ਵਗੈਰਾ ਹੁੰਦੀ ਹੈ ਉਹਨਾਂ ਦੁਆਰਾ ਜਿਹੜੇ ਪੰਛੀਆਂ ਨੂੰ ਨੁਕਸਾਨ ਹੁੰਦਾ ਉਸ ਦੇ ਰਿਲੇਟਡ ਅਵੇਰਨੈਸ ਫੈਲਾਉਣ ਦੇ ਲਈ ਕੀਤਾ ਜਾਂਦਾ ਫਰਸਟ ਹੈਵਰ ਆਈਸ ਕਲਾਈਮਬਿੰਗ ਫੈਸਟੀਵਲ ਆਈਸ ਕਲਾਈਮਬਿੰਗ ਫੈਸਟੀਵਲ ਨੂਬਰਾ ਵੈਲੀ ਨੂਬਰਾ ਵੈਲੀ ਲੇ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ ਖੇਲੋ ਇੰਡੀਆ ਜੰਸਕਰ ਵਿంటర్ ਸਪੋਰਟਸ ਐਂਡ ਯੂਥ ਫੈਸਟੀਵਲ ਵੀ ਆਰਗੇਨਾਈਜ਼ ਕੀਤਾ ਜਾਏਗਾ ਲਦਾਖ ਦੇ ਵਿੱਚ ਲਦਾਖ ਦੇ ਵਿੱਚ ਆਰਗੇਨਾਈਜ਼ ਕੀਤਾ ਜਾਏਗਾ ਅਗਰ ਆਪਾਂ ਗੱਲ ਕਰਦੇ ਹਾਂ ये अठारह तरीक ऑर्गेनाइज किया जाएगा अगर अब पंद्रह है दे दिन। तो कल देन कल तो शुरू हो रहा है कल तो आईफा अवार्ड शुरू हो रहे आइफा अवार्ड नहीं सॉरी इंटरनेशनल फिल्म फेस्टिवल ऑफ इंडिया कह और इंटरनेशनल फिल्म फेस्टिवल ऑफ इंडिया रिलेटेड एक इंपोर्टेंट न्यूज़ आज भी डिस्कस करा मणिपुर के चीफ मिनिस्टर एन बिरेन सिंह वर्चुअल चैरी बलूजम फैसटिवल इतने कन्फ्यूजन नहीं होनी मैं पहले भी कह रहा कि इंटरनेशनल चैरी बलूजम फैसटिवल कि स्टेट ऑर्गेनाइज़ करती है मेघालिया करती है शिलोंग ਯਾ ਰੱਖਾਂਗੇ ਔਰ ਚੈਰੀ ਬਲੂਮ ਫੈਸਟੀਵਲ ਸਿੰਪਲ ਚੈਰੀ ਬਲੂਮ ਫੈਸਟੀਵਲ ਹੈ ਜਿਹੜਾ ਇਹ ਮਨੀਪੁਰ ਨੇ ਆਰਗੇਨਾਈਜ਼ ਕੀਤਾ ਹੈ ਮਨੀਪੁਰ ਦੇ ਸੇਨਾਪਤੀ ਡਿਸਟ੍ਰਿਕਟ ਦੇ ਵਿੱਚ 2017 ਤੋਂ ਇਸ ਨੂੰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਚੈਰੀ ਬਲੂਮ ਫੈਸਟੀਵਲ ਨੂੰ ਯਾ ਰੱਖਾਂਗੇ ਸੇਨਾਪਤੀ ਮਾਓ ਮਨੀਪੁਰ ਦੇ ਵਿੱਚ ਆਰਗੇਨਾਈਜ਼ ਕੀਤਾ ਗਿਆ તમਿਲਨਾਡੂ ਤਮਿਲਨਾਡੂ ਚੀਫ ਮਿਨਿਸਟਰ ਈਕੇ ਪਾਲਾਨਾ ਸਵਾਮੀ ਦੁਆਰਾ 2GB ਫ੍ਰੀ ਡਾਟਾ ਅਨਾਉਂਸ ਕੀਤਾ ਗਿਆ 9 ਲੱਖ ਕਾਲਜ ਔਰ ਪੋਲੀਟੈਕਨਿਕ ਸਟੂਡੈਂਟਸ ਨੂੰ ਪੰਜਾਬ ਗਵਰਨਮੈਂਟ ਦੁਆਰਾ ਸੈਨੀਟਰੀ ਪੈਡ ਵੈਂਡਿੰਗ ਮਸ਼ੀਨਸ ਅਨਾਉਂਸ ਕੀਤੀਆਂ ਗਈਆਂ ਨੇ ਸਕੂਲਾਂ ਦੇ ਵਿੱਚ ਲਗਾਈਆਂ ਜਾਣਗੀਆਂ। ਓਡੀਸ਼ਾ ਓਡੀਸ਼ਾ ਚੀਫ ਮਿਨਿਸਟਰ ਦੁਆਰਾ ਦੋ ਬੀਚਾਂ ਦਾ ਨਾਮ ਆ ਰੱਖਾਂਗੇ ਡਾਇਰੈਕਟਲੀ ਕਿ ਕਿਹੜੀ ਸਟੇਟ ਦੇ ਵਿੱਚ ਨੇ ਚੰਦਰਭਾਗਾ ਔਰ ਤਲਸਾਰੀ ਬੀਚ। ਚੰਦਰਭਾਗਾ ਤਲਸਾਰੀ ਬੀਚ ਇਸਤਲਾਵਾ 골ਡਨ ਬੀਚ ਵੀ ਆ ਰੱਖਾਂਗੇ। ਤਿੰਨੋਂ ਓਡੀਸ਼ਾ ਦੇ ਵਿੱਚ ਨੇ 골ਡਨ ਬੀਚ ਨੂੰ ਬਲੂ ਟੈਗ ਦਿੱਤਾ ਜਾ ਚੁੱਕਿਆ ਔਰ ਚੰਦਰ ਪ੍ਰਭਾ ਔਰ ਤਲਸਾਰੀ ਬੀਚ ਜਿਹੜਾ ਇਹਨਾਂ ਨੂੰ अच्छे तरीके ਨਾਲ ਡਿਵੈਲਪ ਕਰਨ ਦੇ ਲਈ ਅਨਾਉਂਸਮੈਂਟ ਕੀਤੀ ਗਈ ਹੈ ਠੀਕ ਹੈ ਅਗਰ ਬਲੂ ਟੈਗ ਦੀ ਗੱਲ ਕਰਦੇ ਹਾਂ ਤਾਂ ਬਲੂ ਟੈਗ ਕਿਹੜੀ ਕੰਟਰੀ ਦੁਆਰਾ ਦਿੱਤੇ ਜਾਂਦੇ ਨੇ ਡੈਨਮਾਰਕ ਦੁਆਰਾ ਦਿੱਤੇ ਜਾਂਦੇ ਨੇ ਕਿਹੜੀ ਕੰਟਰੀ ਨੂੰ ਸਭ ਤੋਂ ਜ਼ਿਆਦਾ ਬਲੂ ਟੈਗ ਮਿਲੇ ਹੋਏ ਨੇ ਤਾਂ ਸਪੇਨ ਨੂੰ ਸਭ ਤੋਂ ਜ਼ਿਆਦਾ ਮਿਲੇ ਹੋਏ ਨੇ ਇੰਡੀਆ ਦੇ ਕਿੰਨੇ ਬੀਚਸ ਨੂੰ ਰੀਸੈਂਟਲੀ ਦਿੱਤਾ ਗਿਆ ਸੀ ਤਾਂ 8 ਬੀਚਸ ਨੂੰ ਬਲੂ ਟੈਗ ਦਿੱਤਾ ਗਿਆ ਸੀ ਜਿਸਦੇ ਵਿੱਚੋਂ ਗੋਲਡਨ ਬੀਚ ਵੀ ਸੀਗਾ ਔਰ ਉਹ ਓਡੀਸ਼ਾ ਦੇ ਵਿੱਚ ਨੈਕਸਟ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੁਆਰਾ ਵੈਨੇਡੀਅਮ ਵੈਨੇਡੀਅਮ ਲੱਭਿਆ ਗਿਆ ਹੈ ਅਰੁਣਾਚਲ ਪ੍ਰਦੇਸ਼ ਦੇ ਤਮਾਂਗ ਔਰ ਦੀਪੋ ਏਰੀਆਜ਼ ਦੇ ਵਿੱਚ ਇੰਡੀਆ ਦੁਆਰਾ ਪਹਿਲਾ ਲੀਥੀਅਮ ਰਿਜ਼ਰਵ ਵੀ ਲੱਭਿਆ ਗਿਆ ਮੰਡਿਆ ਡਿਸਟ੍ਰਿਕਟ ਦੇ ਵਿੱਚ ਕਰਨਾਟਕਾ ਦੇ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਉਦਵ ਠਾਕਰੇ ਮੁੰਬਈ ਕੋਸਟਲ ਰੋਡ ਟਨਲ ਦੀ ਸ਼ੁਰੂਆਤ ਕੀਤੀ ਹੈ ਮਾਲਵਾ ਮਸ਼ੀਨ ਦੇ ਨਾਲ ਡਾਇਰੈਕਟਲੀ ਮਾਲਵਾ ਮਸ਼ੀਨ ਬਾਰੇ ਪੁੱਛਿਆ ਜਾ ਸਕਦਾ ਹੈ ਦੂਸਰਾ ਇਹ Y-ਟਨਲਜ਼ ਨਹੀਂ ਤਾਂ Y-ਟਨਲਜ਼ ਜਦੋਂ ਬਣ ਕੇ ਰੈਡੀ ਹੋ ਜਾਣੀ ਹੈ ਕੁਐਸਚਨ ਪੁੱਛਿਆ ਜਾ ਸਕਦਾ ਕਿ ਕਿੱਥੇ ਵਾਈਡਸ ਟਨਲਸ ਬਣਾਈ ਜਾ ਰਹੀਆਂ ਨੇ ਇੰਡੀਆ ਦੀਆਂ ਤਾਂ ਮਹਾਰਾਸ਼ਟਰ ਦੇ ਵਿੱਚ ਮੁੰਬਈ ਕੋਸਟਲ ਰੋਡ ਟਨਲ ਹਰਿਆਣਾ ਹਰਿਆਣਾ ਚੀਫ ਮਿਨਿਸਟਰ ਮਨੋਹਰ ਲਾਲ ਖੱਟਰ ਦੁਆਰਾ ਪੀਪਲੀ ਡਿਸਟ੍ਰਿਕਟ ਦੇ ਲਈ ਅਨਾਉਂਸ ਕੀਤਾ ਗਿਆ ਹੈ ਕਿ ਇਸ ਨੂੰ ਪੀਪਲੀ ਡਿਸਟ੍ਰਿਕਟ ਨਹੀਂ ਪੀਪਲੀ ਪਲੇਸ ਦੇ ਲਈ ਪੀਪਲੀ ਜੋ ਕਿ ਕੁਰਖੇਤਰ ਦੇ ਇੱਕ ਪਾਰਟ ਹੈ ਵਰਲਡ ਕਲਾਸ ਟੂਰਿਸਟ ਹੱਬ ਬਣਾਇਆ ਜਾਏਗਾ ਨੈਕਸਟ ਕੰਟੈਂਟ ਤੁਹਾਨੂੰ ਪੰਜਾਬੀ ਦੇ ਵਿੱਚ ਇੱਥੇ ਦਿੱਤਾ ਹੋਇਆ ਹੈ ਠੀਕ ਹੈ ਸਟੱਡੀ ਕਰ ਸਕਦੇ ਹੋ ਪੀਡੀਐਫ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰ ਦਿੱਤਾ ਜਾਏਗਾ नैक्सट पर चलते हैं स्टैडिक पोर्शन एक्सरसाइज ने तो एक्सरसाइज धर्म गारजिययन धर्म गारजियन एक्सरसाइज इंडिया एंड जापान धर्म गारजियन एक्सरसाइज इंडिया जापान की सैन्यूमैरी एक्सरसाइज भी इंडिया जापान की जीमैक्स जीमैक्स एक्सरसाइज भी इंडिया जापान की सहयोग काइजिन सहयोग काइजिन एक्सरसाइज भी इंडिया और जापान की ठीक है याद रखा इंपोर्टेंट एक्सरसाइज ने धर्म गारजिययन सैन्यूमैरी सहयोग काइजिन ऑर जीमैक्स डायरैक्टली क्वेश्चन पूछा जाए कि एक्सरसाइजिज केड़ी कंट्री दिय ने तो डायरैक्टली रखा इंडिया और जापान इस अलावा नोमैडिक एलीफेंट इंडिया मंगोलीसाइज कंडक्ट करता है इंडिया और मंगोली एक्सरसाइज नोमैडिक एलीफेंट नैक्सट चल रहे अज्द फस्ट क्वेश्चन वाल फस्ट न्यूज़ डिस्कस करा तो आर्म्ड फोर्सिज वैटरन डे आर्म्ड फोरसिज वैटरन डे किस दिन ओबजर्व कियाफ जनवरी यानी कि कल देन armed forces veteran day observe ਕੀਤਾ ਗਿਆ ਠੀਕ ਹੈ ਅਗਰ ਅੱਜ ਦੀ ਗੱਲ ਕਰਦੇ ਹਾਂ ਅੱਜ ਵੀ ਇੱਕ ਇੰਪੋਰਟੈਂਟ ਡੇ ਹੈ ਆਰਮੀ ਦੇ ਰਿਲੇਟਡ ਹੀ ਡੇ ਹੈ ਤਾਂ ਆਰਮੀ ਡੇ ਇੰਡੀਆ ਦਾ ਆਰਮੀ ਡੇ ਅੱਜ ਦੇ ਦਿਨ ਹੈ ਉਸ ਦੇ ਰਿਲੇਟਡ ਆਪਾਂ ਕੱਲ ਦੇ ਦਿਨ ਡਿਸਕਸ ਕਰਾਂਗੇ ਨੈਕਸਟ ਹੈ ਇਸ ਤੋਂ ਇਲਾਵਾ Armed Forces Veteran Day 14th January ਆਪਾਂ ਡਿਸਕਸ ਕਰ ਲਿਆ ਅੱਛਾ ਕਿਉਂ ਆਬਜ਼ਰਵ ਕੀਤਾ ਜਾਂਦਾ ਹੈ ਤਾਂ ਇਹ ਕਿਉਂ ਆਬਜ਼ਰਵ ਕੀਤਾ ਜਾਂਦਾ ਹੈ ਕਿਉਂਕਿ ਇੰਡੀਆ ਦੇ ਜਿਹੜੇ ਪਹਿਲੇ ਆਰਮੀ ਚੀਫ ਸੀਗੇ ਆਰਮੀ ਕਮਾਂਡਰ ਇਨ ਚੀਫ ਕਹਾਂਗੇ ਤਾਂ ਕੌਣ ਸੀਗੇ ਕੇ ਐਮ ਕਰੀਯੱਪਾ ਕੇ ਐਮ ਕਰੀਯੱਪਾ ਡਾਇਰੈਕਟਲੀ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਇੰਡੀਆ ਦੇ ਪਹਿਲੇ ਆਰਮੀ ਚੀਫ ਕੌਣ ਨੇ ਕੇ ਐਮ ਕਰੀਯੱਪਾ ਇਹਨਾਂ ਦੀ ਰਿਟਾਇਰਮੈਂਟ ਨੂੰ ਇਹਨਾਂ ਦੀ ਰਿਟਾਇਰਮੈਂਟ ਹੋਈ ਸੀ 1953 ਦੇ ਵਿੱਚ ਇਸ ਦਿਨ ਨੂੰ ਆਬਜ਼ਰਵ ਕੀਤਾ ਜਾਂਦਾ ਹੈ ਇਹਨਾਂ ਦੀ ਸਰਵਿਸਿਜ਼ ਨੂੰ ਕਮੇਮੋਰੇਟ ਕਰਨ ਦੇ ਲਈ ਠੀਕ ਹੈ ਜੀ चौदह जनवरी हर साल ओबजर्व किया जाता है याद रखा इस तो इलावा अगर आप गल करते बाकी इंपोर्टेंट दिन आप डिस्कस कर चुके हैं कई बार प्रवासी दिवस हो गया फॉर एग्जाम्पल नाइनथ जनवरी यूथ प्रवासी दिवस एटथ जनवरी ओबजर्व किया गया इस नैशनल हिंदी डे नैश वर्ल्ड हिंदी डे सॉरी वर्ल्ड हिंदी डे ओबरव किया गया टैंथ जनवरी ट्वैल्थ जनवरी नैशनल यूथ डे ओबजरव किया गया इंपोर्टेंट रहेगा तेरह जनवरी डिस्कस किया ਅ ਜਿਹੜੀ ਸਕੀਮ ਹੈ ਪ੍ਰੈਮਿਸਟਰ ਦੀ ਜਿਹੜੀ ਹੁਣੇ ਸਕੀਮ ਡਿਸਕਸ ਕਰਕੇ ਹਟੀਆਂ ਉਹ ਸਕੀਮ ਦੇ 5 ਸਾਲ ਪੂਰੇ ਕਿਤੇ ਨੇ 2016 ਦੇ ਵਿੱਚ ਉਸ ਨੂੰ ਲਾਂਚ ਕੀਤਾ ਗਿਆ ਸੀ ਠੀਕ ਹੈ ਜੀ ਸਾਰੀ ਇੰਪੋਰਟੈਂਟ ਡੇਜ਼ ਨੇ ਜਿਹੜੇ ਇੰਪੋਰਟੈਂਟ ਬੰਦੇ ਚੱਲਦੇ ਨੇ ਯਾਦ ਰੱਖਾਂਗੇ ਨੈਕਸਟ ਹੈ ਹੂ ਇਜ਼ ਦਾ ਆਥਰ ਆਫ ਦਾ ਬੁੱਕ ਦਾ ਪੋਪੂਲੇਸ਼ਨ ਮਿਥ ਇਸਲਾਮ ਫੈਮਿਲੀ ਪਲੈਨਿੰਗ ਐਂਡ ਪੋਲਿਟਿਕਸ ਇਨ ਇੰਡੀਆ ਦਾ ਪੋਪੂਲੇਸ਼ਨ ਮਿਥ ਇਸਲਾਮ ਫੈਮਿਲੀ ਪਲੈਨਿੰਗ एंड पॉलिटिक्स इन इंडिया इस बुक के राइटर ने एस वाई खुरेशी एस वाई खुरेशी फॉरमर सी ई सी ने यानी कि सेंट्रल इलेक्शन कमिश्नर चीफ इलेक्शन कमिश्नर चीफ इलेक्शन कमिश्नर ने एस वाई खुरेशी रह चुके ने इना द्वारा बेसिकली दो हज़ार आई थिंक दस या बारह इस तरीके आ, चीफ इलेक्शन कमिश्नर रहे सी तो इन्होंने द्वारा एक बुक लिखी गई है पॉपुलेशन मिथ पॉपुलेशन मिथ इस्लाम फैमिली प्लैनिंग एंड पॉलिटिक्स इन इंडिया ਠੀਕ ਹੈ ਜੀ ਅਗਰ ਹੁੰਦੇ ਚੀਫ ਇਲੈਕਸ਼ਨ ਕਮਿਸ਼ਨਰ ਦੀ ਗੱਲ ਕਰਦੇ ਹਾਂ ਕੌਣ ਨੇ ਸੁਨੀਲ ਅਰੋੜਾ ਸੁਨੀਲ ਅਰੋੜਾ ਇਹਨਾਂ ਦੇ ਅੰਡਰ ਦੋ ਪਰਸਨ ਨੇ ਇਲੈਕਸ਼ਨ ਕਮਿਸ਼ਨਰ ਕੌਣ ਨੇ ਤਾਂ ਸੁਸ਼ੀਲ ਚੰਦਰ ਔਰ ਰੀਸੈਂਟਲੀ ਅਪਾਇੰਟ ਕੀਤੇ ਗਏ ਸੀ ਰਾਜੀਵ ਕੁਮਾਰ ਜੋ ਕਿ ਫਾਈਨੈਂਸ ਸੈਕਟਰੀ ਰਹਿ ਚੁੱਕੇ ਨੇ ਅਚਾ ਫਾਈਨੈਂਸ ਸੈਕਟਰੀ ਦੀ ਗੱਲ ਕਰਦੇ ਹਾਂ ਤਾਂ ਇਸ ਟਾਈਮ ਫਾਈਨੈਂਸ ਸੈਕਟਰੀ ਕੌਣ ਨੇ ਤਾਂ ਅਜੇ ਭੂਸ਼ਣ ਪਾਂਡੇ ਅਜੇ ਭੂਸ਼ਣ ਪਾਂਡੇ ਫਾਈਨੈਂਸ ਸੈਕਟਰੀ ਦੇ ਨਾਲ ਕੌਣ ਨੇ ਤਾਂ ਰੈਵਨਿਊ ਸੈਕਟਰੀ ਵੀ ਅਜੇ ਭੂਸ਼ਣ ਪਾਂਡੇ ਨੇ ਠੀਕ ਹੈ ਇਸੇ ਤਰੀਕੇ ਨਾਲ ਹਰ ਇੱਕ ਚੀਜ਼ ਨੂੰ ਇੰਟਰਲ करके याद कर दे रहा करो नेक्स्ट है बाकी ऑप्शन डिस्कस कर तो वजाहत हाबीबुल्ला अपना रिसेंटली बुक डिस्कस की थी My Tears with Rajiv. My Tears with Rajiv. वजाहत हाबीबुल्ला दी माई टीयर्स विद राजीव माई टीयर्स विद राजीव वजाहत हाबीबुल्ला द्वारा आर कौशिक क्रिकेट रिलेटेड बुक आई थी आर कौशिक दी इंडियाज इंडियाज सैवनटी वन ईयर टैस्ट इंडिया सैवनटी वन ईयर टैस्ट बुक आर कौशिक द्वारा जे के बजाज और एम डी श्रीनिवास इन दोनों ने मिलकर एक बुक रिलीज की बुक लिखी सी मेकिंग ऑफ हिंदू पैट्रिएट मेकिंग ऑफ हिंदू पैट्रियट इस बुक न रिलीज़ किया गया सी एस एस दे चीफ आर एस एस के चीफ कौन ने मोहन भगवत मोहन भगवत ने जेडे इन आर एस एस चीफ ने इस बुक न रिलीज़ किता से आर एस एस दे चीफ मोहन भगवत द्वारा लिखिया कि जे के बजाज और एम डी श्रीनिवास ने ਠੀਕ ਹੈ ਅੱਛਾ ਇਹਨਾਂ ਦੁਆਰਾ ਹੀ ਇੱਕ ਹੋਰ ਬੁੱਕ ਨੂੰ ਰਿਲੀਜ਼ ਕੀਤਾ ਗਿਆ ਸੀ ਕੇਰਲਾ ਦੇ ਵਿੱਚ ਰਿਲੀਜ਼ ਕੀਤਾ ਗਿਆ ਸੀ ਆਰਐਸਐਸ ਇਨ ਕੇਰਲਾ ਬੁੱਕ ਦਾ ਨਾਮ ਸੀ ਇਸ ਬੁੱਕ ਦੇ ਰਾਈਟਰ ਕੌਣ ਸੀ ਤਾਂ ਏਕੇਐਮ ਦਾਸ ਏਕੇਐਮ ਦਾਸ ਯਾਦ ਰੱਖਾਂਗੇ ਨੈਕਸਟ ਨੀਤੀ ਆਯੋਗ ਹੈਜ਼ ਕੋਲਾਬੋਰੇਟਿਡ ਵਿਦ ਵਿਚ ਆਫ ਦਾ ਫੋਲੋਇੰਗ ਈ-ਕਾਮਰਸ ਪਲੈਟਫਾਰਮ ਟੂ ਐਨਹਾਂਸ ਊਮਨ ਐਂਟਰਪ੍ਰੀਨਰਸ਼ਿਪ ਊਮਨ ਐਂਟਰਪ੍ਰੀਨਰਸ਼ਿਪ ਨੂੰ ਐਨਹਾਂਸ ਕਰਨ ਦੇ ਲਈ ਨੀਤੀ ਆਯੋਗ ਨੇ ਪਾਰਟਨਰਸ਼ਿਪ ਕੀਤੀ ਹੈ ਠੀਕ ਹੈ ਨੀਤੀ ਆਯੋਗ ਨੇ ਕਿਸ ਈ-ਕਾਮਰਸ ਪਲੇਟਫਾਰਮ ਦੇ ਨਾਲ ਪਾਰਟਨਰਸ਼ਿਪ ਕੀਤੀ ਤਾਂ ਫਲਿੱਪਕਾਰਟ ਦੇ ਨਾਲ ਨੀਤੀ ਆਯੋਗ ਦੁਆਰਾ ਫਲਿੱਪਕਾਰਟ ਦੇ ਨਾਲ ਪਾਰਟਨਰਸ਼ਿਪ ਕੀਤੀ ਗਈ ਠੀਕ ਹੈ ਜੀ ਇੰਪੋਰਟੈਂਟ ਰਹੇਗਾ ਯਾਦ ਰੱਖਾਂਗੇ ਇਸ ਤੋਂ ਇਲਾਵਾ ਅਗਲਾ ਆਪਾਂ ਹੋਰ ਕੁਝ ਡਿਸਕਸ ਕਰ ਸਕਦੇ ਹਾਂ ਤਾਂ ਐਮਾਜ਼ਨ ਲੇਟਸ ਨਿਊਜ਼ ਹੈ ਡਿਸਕਸ ਕਰਦੇ ਹਾਂ ਨੀਤੀ ਆਯੋਗ ਦੇ ਫੈਕਟ ਇੰਪੋਰਟੈਂਟ ਬਣਗੇ ਤਾਂ 2015 ਦੇ ਵਿੱਚ ਨੀਤੀ ਆਯੋਗ ਬਣਾਇਆ ਗਿਆ ਨੀਤੀ ਆਯੋਗ ਦੇ ਹੈੱਡ ਚੇਅਰਮੈਨ ਕੌਣ ਹੁੰਦੇ ਨੇ ਇਹ ਤਾਂ ਪ੍ਰਾਈਮ ਮਿਨਿਸਟਰ ਹੁੰਦੇ ਨੇ वाइस चेयरमैन की गल करते हैं राजीव कुमार ने और सीईओ ई इंपोर्टेंट बनने के तो सीईओ कौन ने अमिताभ कांत ने अमिताभ कांत इस अलावा नीति आयोग न्यूज़ के डीजी बॉक्स करके डीजी बॉक्स याद रखा नीति आयोग द्वारा बनाया गया ठीक है डीजी बॉक्स किसने बनाया सी स्टोरेज प्लेटफॉर्म नीति आयोग ने ठीक है ਇਸਾਰੇ ਫੈਕਟ ਇੰਪੋਰਟੈਂਟ ਰਹਿਣਗੇ ਇਸ ਤੋਂ ਇਲਾਵਾ ਗੁੱਡ ਗਵਰਨਿੰਗ ਇੰਡੈਕਸ ਗੁੱਡ ਗਵਰਨੈਂਸ ਇੰਡੈਕਸ ਗੁੱਡ ਗਵਰਨੈਂਸ ਇੰਡੈਕਸ ਜਿਹੜਾ ਇਹ ਨੀਤੀ ਆਯੋਗ ਜਾਰੀ ਕਰਦਾ ਠੀਕ ਹੈ ਹਰ ਸਾਲ ਜਾਰੀ ਕੀਤਾ ਜਾਂਦਾ ਇਸ ਸਾਲ ਨਹੀਂ ਕੀਤਾ ਗਿਆ ਚਲੋ ਕੋਈ ਗੱਲ ਨਹੀਂ ਹੈ ਪਰ ਇਸ ਇੰਡੈਕਸ ਨੂੰ ਹਰ ਸਾਲ 25 ਦਸੰਬਰ ਵਾਲੇ ਦਿਨ ਜਾਰੀ ਕੀਤਾ ਜਾਂਦਾ ਹੈ 25 ਦਸੰਬਰ ਗੁੱਡ ਗਵਰਨੈਂਸ ਦੇ ਵਾਲੇ ਦਿਨ ਅਬਜ਼ਰਵ ਕੀਤਾ ਜਾਂਦਾ ਹੈ ਇਹ ਕਿਉਂ ਅਬਜ਼ਰਵ ਕੀਤਾ ਜਾਂਦਾ ਹੈ ਬਰਥ ਐਨੀਵਰਸਰੀ ਆਟਲ ਬਿਹਾਰੀ ਵਾਜਪਾਈ ਆਟਲ ਬਿਹਾਰੀ ਵਾਜਪਾਈ ਦੀ ਬਰਥ ਐਨੀਵਰਸਰੀ 25 ਦਸੰਬਰ ਨੂੰ ਅਬਜ਼ਰਵ ਕੀਤੀ ਜਾਂਦੀ ਹੈ ਐਜ਼ ਅ ਗੁੱਡ ਗਵਰਨੈਂਸ ਦੇ ਫੈਕਟ ਸਾਰੇ ਆਪਾਂ ਡਿਸਕਸ ਕਰ ਲਏ ਨੇ ਸਾਰੇ ਫੈਕਟ ਇੰਪੋਰਟੈਂਟ ਹਨਗੇ ਇਸ ਤੋਂ ਇਲਾਵਾ Amazon ਲੇਟਰ ਡਿਸਕਸ ਕਰਦੇ ਆ Amazon India ਨੇ Amazon Academy ਸ਼ੁਰੂ ਕੀਤੀ ਹੈ Amazon Academy to help students to prepare JEE ਜਿਹੜਾ ਇੰਜੀਨੀਅਰਿੰਗ ਦੇ ਲਈ ਇੰਜੀਨੀਅਰਿੰਗ ਦੇ ਐਂਟ੍ਰਾਂਸ ਐਗਜ਼ਾਮ ਹੈ ਜਿਹੜਾ JEE ਇਸ ਦੇ ਲਈ ਸਟੂਡੈਂਟਸ ਨੂੰ ਪ੍ਰੈਪਰੇਸ਼ਨ ਕਰਵਾਉਣ ਦੇ ਲਈ Amazon Academy Amazon India ਦੁਆਰਾ ਲਾਂਚ ਕੀਤੀ ਗਈ ਹੈ ਠੀਕ ਹੈ ਯਾ ਰੱਖਾਂਗੇ ਦੂਸਰਾ ਆਪਾਂ ਡਿਸਕਸ ਕੀਤਾ ਸੀ ਕਿ ਟੈਸਲਾ ਦੇ ਐਲਨ ਮਸਕ ਵਰਲਡ ਦੇ richest person ਬਣ ਗਏ ਨੇ ਪਰ ਇਹਨਾਂ ਦੀ ਖੁਸ਼ੀ ਕਹਾਂਗੇ ਕਿ ਸਿਰਫ ਥੋੜੇ ਦਿਨ ਦੀ ਸੀ ਕਿਉਂਕਿ ਦੁਬਾਰਾ Amazon ਦੇ ਫਾਊਂਡਰ ਜੈਫ ਬੈਜ਼ੋਸ ਦੁਬਾਰਾ richest person ਬਣ ਗਏ ਵਰਲਡ ਦੇ ਠੀਕ ਹੈ ਇਹ ਬੇਸਿਕਲੀ ਕਿ ਅਗਰ ਆਪਾਂ ਗੱਲ ਕਰਦੇ ਹਾਲਾਂਕਿ ਇੰਪੋਰਟੈਂਟ ਨਹੀਂ ਬਣੇਗਾ ਪਰ ਹਲਕਾ ਡਿਸਕਸ ਕਰ ਲੈਣ ਕਿ ਐਲਨ ਮਸਕ ਦੇ ਜਿਹੜੇ ਸ਼ੇਅਰ ਸੀਗੇ ਕੰਪਨੀ ਦੇ ਉਹ ਰੀਡਿਊਸ ਹੋ ਗਿਆ ਜਿਸ ਕਰਕੇ ਤਕਰੀਬਨ 15 ਬਿਲੀਅਨ ਦਾ ਘਾਟਾ ਪਿਆ ਇਹਨਾਂ ਨੂੰ ਤਾਂ ਉਹ 15 ਬਿਲੀਅਨ ਦਾ ਘਾਟਾ ਪੈਂਦ ਕਰਕੇ ਜੈਫ ਬੈਜੋਸ ਦੁਬਾਰਾ ਐਮਾਜ਼ਨ ਦੇ ਫਾਊਂਡਰ ਜੈਫ ਬੈਜੋਸ ਦੁਬਾਰਾ ਵਰਲਡ ਦੇ ਰਿਚੇਸਟ ਪਰਸਨ ਬਣ ਗਏ ਠੀਕ ਹੈ ਜੀ ਟੈਸਲਾ ਰਿਲੇਟਡ ਇੰਪੋਰਟੈਂਟ ਨਿਊਜ਼ ਇੱਕ ਹੋਰ ਵੀ ਹੈ ਇੰਡੀਆ ਦੇ ਵਿੱਚ ਸੈਟਅਪ ਕਰ ਰਹੇ ਨੇ ਟੈਸਲਾ ਤਾਂ ਇਸ ਦਾ ਰਿਲੇਟਰ ਵੀ ਡਿਸਕਸ ਕਰਾਂਗੇ ਨੈਕਸਟ ਹੈ ਆਰਬੀਆਈ ਆਰਬੀਆਈ ਹੈਜ਼ ਅਨਾਊਂਸਡ to set up a working group on digital lending under the chairmanship of RBI related do important news ne aj discuss karange to RBI ne RBI sab to pehle fact discuss karde ha RBI 1 April 1935 nu banaya gaya Mumbai de vich headquarter hai Shakti Kant Das governor ne kinwe number de governor ne ta 25we number de governor ne ਠੀਕ ਹੈ ਇਹਨਾਂ ਦੇ ਅੰਦਰ ਚਾਰ ਡਿਪਟੀ ਗਵਰਨਰਸ ਹੁੰਦੇ ਨੇ ਚਾਰ ਡਿਪਟੀ ਗਵਰਨਰਸ ਦੀ ਗੱਲ ਕਰਦੇ ਤਾਂ ਸਭ ਤੋਂ ਲੇਟੈਸਟ ਜਿਹੜੇ ਬਣਾਏ ਗਏ ਨੇ ਐਮ ਰਾਜੇਸ਼ਵਰ ਰਾਓ ਨੇ ਐਮ ਰਾਜੇਸ਼ਵਰ ਰਾਓ ਠੀਕ ਹੈ ਹੁਣ ਅਗਰ ਆਪਾਂ ਗੱਲ ਕਰਦੇ ਕਿ ਆਰਬੀ ਨੇ ਕੀ ਕਰੇ ਕਿ ਕਮੇਟੀ ਬਣਾਈ ਡਿਜੀਟਲ ਲੈਂਡਿੰਗ ਦੇ ਲਈ ਡਿਜੀਟਲ ਲੈਂਡਿੰਗ ਦੇ ਲਈ ਜਿਹੜੀ ਕਮੇਟੀ ਬਣਾਈ ਉਸਦੇ ਹੈੱਡ ਬਣਾਏ ਗਏ ਜਯੰਤ ਕੁਮਾਰ ਦਾਸ਼ ਬੇਸਿਕਲੀ ਜਯੰਤ ਕੁਮਾਰ ਦਾਸ਼ ਐਗਜ਼ੀਕਿਊਟਿਵ ਡਾਇਰੈਕਟਰ ਨੇ ਆਰਬੀ ਦੇ ਵਿੱਚ ਔਰ ਇਹਨਾਂ ਦੁਆਰਾ ਇੱਕ ਕਮੇਟੀ ਨੂੰ ਹੈਡ ਕੀਤਾ ਜਾਏਗਾ ਡਿਜੀਟਲ ਲੈਂਡਿੰਗ ਦੀ ਕਮੇਟੀ ਦੇ ਵਾਸਤੇ ਇਸ ਤੋਂ ਇਲਾਵਾ ਐਸਐਸ ਵੈਂਪਤੀ ਸ시 ਸ਼ੇਖਰ ਵੈਂਪਤੀ ਟੈਲੀਵਿਜ਼ਨ ਰੇਟਿੰਗ ਏਜੰਸੀਜ਼ ਦੇ ਲਈ ਜਿਹੜੀ ਕਮੇਟੀ ਬਣਾਈ ਗਈ ਸੀ ਉਸ ਦੇ ਹੈਡ ਸੀਗੇ ਐਸਐਸ ਵੈਂਪਤੀ ਇਸ ਤੋਂ ਇਲਾਵਾ ਸ시 ਸ਼ੇਖਰ ਵੈਂਪਤੀ ਕਿਸ ਦੇ ਹੈਡ ਨੇ ਪ੍ਰਸਾਰ ਭਾਰਤੀ ਦੇ ਹੈਡ ਨੇ ਪ੍ਰਸਾਰ ਭਾਰਤੀ ਦੇ ਹੈਡ ਕੌਣ ਨੇ ਸ시 ਸ਼ੇਖਰ ਵੈਂਪਤੀ ਰਾਮ ਵਿਨੇ ਸੈਕਟਰੀ ਰਾਮ ਵਿਨੇ ਸ਼ਾਹੀ ਸੂਰੀ ਰਾਮ ਵਿਨੇ ਸ਼ਾਹੀ ਬੇਸਿਕਲੀ ਇਪਾਵਰ ਸਕੱਰੇਟਰੀ ਨੇ ਔਰ ਇਹਨਾਂ ਨੂੰ ਕਮੇਟੀ ਦਾ ਹੈੱਡ ਬਣਾਇਆ ਗਿਆ ਸੀ ਸਾਊਥ ਏਸ਼ੀਅਨ એનર્ਜੀ ਆਰਕੀਟੈਕਚਰ ਦੇ ਲਈ ਸਾਊਥ ਏਸ਼ੀਅਨ એનર્ਜੀ ਆਰਕੀਟੈਕਚਰ ਦੇ ਲਈ ਜਿਹੜੀ ਕਮੇਟੀ ਬਣਾਈ ਗਈ ਸੀ ਉਸਦੇ ਹੈੱਡ ਰਾਮ ਵਿਨੇ ਸਾਹੀ ਪ੍ਰੀਤੀ ਪਾਂਤ ਪ੍ਰੀਤੀ ਪਾਂਤ ਬੇਸਿਕਲੀ ਜੁਆਇੰਟ ਸਕੱਰੇਟਰੀ ਨੇ ਹੈਲਥ ਡਿਪਾਰਟਮੈਂਟ ਦੇ ਵਿੱਚ ਔਰ ਇਹਨਾਂ ਨੂੰ ਹੈਲਥ ਦੇ ਰਿਲੇਟਡ ਹੈਲਥ ਦੇ ਰਿਲੇਟਡ ਇੱਕ ਕਮੇਟੀ ਬਣਾਈ ਗਈ ਸੀ ਉਸਦੇ ਹੈੱਡ ਬਣਾਏ ਗਏ ਸੀ ਪ੍ਰੀਤੀ ਪਾਂਤ ਜੀ ਕ੍ਰਿਸ਼ਨ ਰੈਡੀ जी कृष्ण रेड्डी बेसिकली डीपीटी डीपीटी कहेंगे या मिनिस्टर ऑफ स्टेट कहेंगे फॉर होम अफेयर्स ने और इनहांनु जेडी कमेटी दे हेड बनाया गया और लद्दाख दे लिए लद्दाख दी लद्दाख दी जेडी कमेटी है लद्दाख लद्दाख दे विच कल्चर और, और लैंग्वेज नु प्रमोट करण दे लिए सिक्योर करण दे लिए कंजर्व करण दे लिए कमेटी बनाई गई है उस दे हेड जी कृष्ण रेड्डी नेक्स्ट व्हिच ऑफ द फॉलोइंग प्लेयर बिकम्स फर्स्ट प्लेयर टू कंप्लीट 100 100 ਇੰਟਰਨੈਸ਼ਨਲ ਸਿਕਸਿਸ ਅਗੇਂਸਟ ਆਸਟ੍ਰੇਲੀਆ ਆਸਟ੍ਰੇਲੀਆ ਦੇ ਆਸਟ੍ਰੇਲੀਆ ਦੇ ਅਗੇਂਸਟ 100 ਇੰਟਰਨੈਸ਼ਨਲ ਸਿਕਸਿਸ ਖੇਲਣ ਵਾਲੇ ਕੰਪਲੀਟ ਕਰਨ ਵਾਲੇ ਕਿਹੜੇ ਪਰਸਨ ਬਣੇ ਨੇ ਤਾਂ ਰੋਹਿਤ ਸ਼ਰਮਾ ਰੋਹਿਤ ਸ਼ਰਮਾ ਠੀਕ ਹੈ ਜੀ ਅਗਰ ਆਪਾਂ ਵਰਲਡ ਲੈਵਲ ਤੇ ਗੱਲ ਕਰਦੇ ਹਾਂ ਸਭ ਤੋਂ ਜ਼ਿਆਦਾ ਸਿਕਸਿਸ ਦੀ ਜਿਹੜਾ ਰਿਕਾਰਡ ਹੈ ਉਹ ਕਿੰਨਾ ਦਾ ਹੈ ਤਾਂ ਕ੍ਰਿਸ ਗੇਲ ਦਾ ਹੈ ਹਰ ਇੱਕ ਨੂੰ ਪਤਾ ਹੀ ਹੋਏਗਾ ਰੋਹਿਤ ਸ਼ਰਮਾ ਆਸਟ੍ਰੇਲੀਆ ਦੇ ਖਿਲਾਫ ਆਸਟ੍ਰੇਲੀਆ ਦੇ ਖਿਲਾਫ 100 ਸਿਕਸਿਸ ਲਗਾਉਣ ਵਾਲੇ ਫਰਸਟ ਪਲੇਅਰ ਬਣੇ ਨੇ ਇਸ ਤੋਂ ਇਲਾਵਾ ਰੋਹਿਤ ਸ਼ਰਮਾ ਐਡੀਡਾਸ ਦੇ ਬ੍ਰਾਂਡ ਐਮਬੈਸਡਰ ਨੇ ਲਾ ਲੀਗਾ ਦੇ ਬ੍ਰਾਂਡ ਐਮਬੈਸਡਰ ਨੇ ਇਸ ਤੋਂ ਇਲਾਵਾ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸਨੇ ਰੋਹਿਤ ਸ਼ਰਮਾ ਕਾਫੀ ਚੀਜ਼ਾਂ ਦੇ ਬ੍ਰਾਂਡ ਐਮਬੈਸਡਰ ਨੇ ਅਗਰ ਆਪਾਂ ਗੱਲ ਕਰਦੇ ਹਾਂ ਤਕਰੀਬਨ 7 ਤੇ 8 ਬ੍ਰਾਂਡ ਐਮਬੈਸਡਰ ਦੀ ਲਿਸਟ ਦੇ ਵਿੱਚ ਆਪਾਂ ਡਿਸਕਸ ਕੀਤਾ ਹੋਇਆ ਕਿ ਰੋਹਿਤ ਸ਼ਰਮਾ ਕਿੰਨਾ ਕਿੰਨਾ ਚੀਜ਼ਾਂ ਦੇ ਬ੍ਰਾਂਡ ਐਮਬੈਸਡਰ ਨੇ ਕਮੈਂਟ ਬਾਕਸ ਦੇ ਵਿੱਚ ਦੱਸਨੇ ਠੀਕ ਹੈ ਇਸ ਤੋਂ ਇਲਾਵਾ ਬਾਕੀ অপਸ਼ਨਸ ਦੇ ਵਿੱਚ ਵੀ ਸਚਿੰਤ ਤੰਦੂਲਕਰ ਫੋਰ ਐਗਜ਼ਾਮਪਲ ਪੇਟੀਐਮ ਫਰਸਟ ਗੇਮਸ ਦੇ ਬ੍ਰੈਂਡ ਐਂਬੈਸਡਰ ਨੇ ਰੋਬੀਨ ਉਥਾਪਾ ਐਂਟਰੀ ਐਂਟਰੀ ਇੱਕ ਲਰਨਿੰਗ ਪਲੈਟਫਾਰਮ ਹੈ ਉਸਦੇ ਬ੍ਰੈਂਡ ਐਂਬੈਸਡਰ ਨੇ சுரேਸ਼ ਰਾਏ ਨੂੰ ਡਬਲਯੂਟੀਐਫ ਸਪੋਰਟਸ ਦਾ ਬ੍ਰੈਂਡ ਐਂਬੈਸਡਰ ਬਣਾਇਆ ਗਿਆ ਸੀ சுரேਸ਼ ਰਾਏ ਨੂੰ ਕਿੰਨਾ ਦੇ ਨਾਲ ਹਰਮਨਪ੍ਰੀਤ ਕੋਰ ਦੇ ਨਾਲ ਹਰਮਨਪ੍ਰੀਤ ਕੋਰ ਊਮੈਨ ਕ੍ਰਿਕਟਰ ਨੇ ਇਹਨਾਂ ਦੇ ਨਾਲ சுரேਸ਼ ਰਾਏ ਨੂੰ ਵੀ ਡਬਲਯੂਟੀਐਫ ਸਪੋਰਟਸ ਦਾ ਬ੍ਰੈਂਡ ਐਂਬੈਸਡਰ ਬਣਾਇਆ ਗਿਆ ਸੀ ਠੀਕ ਹੈ ਇਸੇ ਤਰੀਕੇ ਨਾਲ ਵਿਰਾਟ ਕੋਹਲੀ ਅਗਰ ਆਪਾਂ ਗੱਲ ਕਰਦੇ ਹਾਂ 2019 ਦੇ ਪੈਟਾ ਪਰਸਨ ਆਫ ਦਾ ਇਅਰ ਬਣਾਈ ਗਏ ਸੀ ਇਸ ਤੋਂ ਇਲਾਵਾ ਹੋਰ ਵੀ ਚੀਜ਼ਾਂ ਦੇ ਬ੍ਰੈਂਡ ਇਨਵੈਸਟਰ ਇਹਨਾਂ ਨੂੰ ਅਪਾਇੰਟ ਕੀਤਾ ਜਾ ਚੁੱਕਿਆ ਕਮੈਂਟ ਬਾਕਸ ਦੇ ਵਿੱਚ ਇਹ ਸਾਰੀ ਲਿਸਟ ਦੱਸਣੀ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਠੀਕ ਹੈ ਔਰ ਕਾਫੀ ਜ਼ਿਆਦਾ ਬੱਚੇ ਆਨਸਰ ਬਿਲਕੁਲ ਵੀ ਨਹੀਂ ਦੇ ਰਹੇ ਨੇ ਅਗਰ ਆਪਾਂ ਗੱਲ ਕਰਦੇ ਹਾਂ ਕਾਈਂਡਲੀ ਆਨਸਰ ਜ਼ਰੂਰ ਦਿਆ ਕਰੋ ਤੁਹਾਡੀ ਪਾਰਟਿਸਪੇਸ਼ਨ ਬਹੁਤ ਜ਼ਿਆਦਾ ਜ਼ਰੂਰੀ ਹੈ ਉਸ ਦਾ ਕੋਈ ਫਾਇਦਾ ਨਹੀਂ ਕਿ ਮੈਚ ਜਦ ਦੱਸੀ ਜਾ ਰਹੀਆਂ ਔਰ ਤੁਸੀਂ ਲਿਖੀ ਜਾ ਰਹੇ ਹੋ ਜਾਂ ਬਿਲਕੁਲ ਲਿਖ ਵੀ ਨਹੀਂ ਰਹੇ ਹੋ ਕੁਝ ਬੱਚੇ ਕੀ ਕਰਦੇ ਨੇ ਲਿਖਦੇ ਵੀ ਨਹੀਂ ਸਿਰਫ ਸਕਰੀਨਸ਼ਾਟ ਵਗੈਰਾ ਲੈ ਲੈਂਦੇ ਨੇ ਜਾਂ ਕੁਝ ਬੱਚੇ ਓਨੀ ਵੀ ਖੇਚਲ ਨਹੀਂ ਕਰਦੇ ਸਿਰਫ ਸੁਣਦੇ ਨੇ ਔਰ ਕਹਿੰਦੇ ਨੇ ਕਿ ਸਾਨੂੰ ਯਾਦ ਹੋ ਗਿਆ ਕਦੇ ਵੀ ਇਸ ਤਰੀਕੇ ਨਾਲ ਯਾਦ ਨਹੀਂ ਹੋਏਗਾ ਚੀਜ਼ਾਂ ਨੂੰ ਨੋਟ ਕਰਦੇ ਚੱਲਿਆ ਕਰੋ ਔਰ ਅਗਰ ਮੈਂ ਕੋਈ ਕੁਐਸਚਨ ਪੁੱਛ ਰਿਹਾ ਤਾਂ ਕਾਈਂਡਲੀ ਅਨਸਰ ਜ਼ਰੂਰ ਦਿਆ ਕਰੋ ਕਮੈਂਟ ਬਾਕਸ ਦੇ ਵਿੱਚ ਨੈਕਸਟ ਇੰਡੀਅਨ ਗਵਰਨਮੈਂਟ ਹੈਜ਼ ਡਿਸਾਈਡਡ ਟੂ ਸੈਲ ਅਪ 10% ਸਟੇਕ ਇਨ ਵਿਚ ਆਫ ਦਾ ਫੋਲੋਇੰਗ Indian government ਦੁਆਰਾ ਡਿਸਾਈਡ ਕੀਤਾ ਗਿਆ ਕਿ 10% ਸਟੇਕ ਵੇਚਿਆ ਜਾਏਗਾ ਇਹਨਾਂ ਦੇ ਵਿੱਚੋਂ ਕਿਸੇ ਇੱਕ ਦੇ ਵਿੱਚ ਠੀਕ ਹੈ ਅਗਰ ਆਪਾਂ ਗੱਲ ਕਰਦੇ ਹਾਂ RBI ਦੇ ਵਿੱਚੋਂ ਸਟੇਕ ਵੇਚ ਹੀ ਨਹੀਂ ਸਕਦੇ ਤਾਂ ਇਹ ਤਾਂ ਆਪਸ਼ਨ ਆਪਣਾ ਨੈਗੇਟਿਵ ਹੋ ਗਿਆ ਬਾਕੀਆਂ ਦੇ ਵਿੱਚੋਂ ਅਗਰ ਆਪਾਂ ਗੱਲ ਕਰਦੇ ਹਾਂ NIC ਦੇ ਵਿੱਚ ਵੀ ਸਟੇਕ ਨਹੀਂ ਵੇਚਿਆ ਜਾ ਸਕਦਾ ਤਾਂ ਆਪਣਾ ਸਟੇਕ ਵੇਚਿਆ ਜਾ ਰਿਹਾ ਸੇਲ ਦੇ ਵਿੱਚੋਂ ਸੇਲ ਸੇਲ ਕੀ ਚੀਜ਼ ਹੈ ਤਾਂ ਸੇਲ ਦੇ ਬਾਰੇ ਆਪਾਂ ਕੁਝ ਦਿਨ ਪਹਿਲੇ ਵੀ ਡਿਸਕਸ ਕੀਤਾ ਸੀ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ ਨੋਟ ਕਰ ਲਿਓ ਸਟੀਲ ਅਥਾਰਟੀ ਆਫ ਇੰਡੀਆ ਲਿਮਟਿਡ ਸੇਲ ਸੇਲ ਦਾ ਹੈੱਡ ਕੁਆਰਟਰ ਨਿਊ ਦਿੱਲੀ ਦੇ ਵਿੱਚ ਸੇਲ 1954 ਦੇ ਵਿੱਚ ਬਣਾਈ ਗਈ ਸੀ ਕੁਝ ਦਿਨ ਪਹਿਲੇ ਆਪਾਂ ਡਿਸਕਸ ਕੀਤਾ ਸੀ ਕਿ ਸੇਲ ਦੇ ਜਿਹੜੇ ਪ੍ਰੈਜ਼ੀਡੈਂਟ ਬਣਾਏ ਗਏ ਨੇ ਊਮਨ ਪ੍ਰੈਜ਼ੀਡੈਂਟ ਬਣਾਏ ਗਏ ਨੇ ਸੋਮਾ ਮੰਡਲ ਸੋਮਾ ਮੰਡਲ ਯਾਦ ਰੱਖਾਂਗੇ सोमा मंडल सेल दे हेड ਬਣਾਏ ਗਏ ਨੇ ਔਰ ਸੇਲ ਦੇ ਵਿੱਚੋਂ 10% ਸਟੇਕ ਵੇਚਣ ਦੇ ਲਈ ਸਰਕਾਰ ਨੇ ਅਨਾਉਂਸਮੈਂਟ ਕਰਤੀ ਹੈ। ਠੀਕ ਹੈ ਜੀ। ਬਾਕੀ ਆਪਸ਼ਨਸ న్యూਸ ਦੇ ਵਿੱਚ ਨੇ ਡਿਸਕਸ ਕਰਦੇ ਇੰਪੋਰਟੈਂਟ న్యూਸ ਨੇ گورਨਮੈਂਟ ਹੈਜ਼ ਅਪਰੂਵਡ ਪ੍ਰੋਕੂਰਮੈਂਟ ਆਫ 83 ਲਾਈਟ ਕੰਬੈਟ 에ਰਕ੍ਰਾਫਟ ਬੇਸਿਕਲੀ 73 에ਰਕ੍ਰਾਫਟ ਤੇਜਸ 에ਰਕ੍ਰਾਫਟ 73 ਠੀਕ ਹੈ ਪਲੱਸ 10 ਤੇਜਸ ਟ੍ਰੇਨਿੰਗ ਏਅਰਕ੍ਰਾਫਟ ਤੇਜਸ ਦੇ ਹੀ ਟ੍ਰੇਨਿੰਗ ਏਅਰਕ੍ਰਾਫਟ ਔਰ ਤੇਜਸ ਦੇ ਹੀ ਸਿੰਪਲ ਏਅਰਕ੍ਰਾਫਟ 73 ਯਾਨੀ ਕਿ ਟੋਟਲ 83 ਦੇ ਲਈ ਐਗਰੀਮੈਂਟ ਸਾਈਨ ਕੀਤਾ ਹੈ ਐਚ ਏ ਐਲ ਦੇ ਨਾਲ ਹਿੰਦੂਸਤਾਨ ਐਰੋਨੌਟਿਕਸ ਲਿਮਟਿਡ ਦੇ ਨਾਲ ਤੇਜਸ ਦੇ ਲਈ ਟੋਟਲ 83 ਦਾ ਐਗਰੀਮੈਂਟ ਸਾਈਨ ਕੀਤਾ ਗਿਆ 48000 ਕਰੋੜ ਦਾ ਠੀਕ ਹੈ ਜੀ ਕਿਸ ਦੇ ਨਾਲ ਹਿੰਦੂਸਤਾਨ ਐਰੋਨੌਟਿਕਸ ਲਿਮਟਿਡ ਦੇ ਨਾਲ ਤਾਂ ਇਸ ਦੇ ਇਫੈਕਟ ਇੰਪੋਰਟੈਂਟ ਦੇਣਗੇ 1940 ਦੇ ਵਿੱਚ HAL ਬਣਾਇਆ ਗਿਆ ਬੈਂਗਲੌਰ ਦੇ ਵਿੱਚ ਹੈਡਕੁਆਟਰ ਹੈ ਔਰ R ਮਾਧਵਨ R ਮਾਧਵਨ HAL ਦੇ ਹੈਡ ਨੇ I R D I ਦੀ ਗੱਲ ਕਰਦੇ ਆ ਇੰਸ਼ੋਰੈਂਸ ਰੈਗੂਲੇਟਰੀ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਕੁਝ ਦਿਨ ਪਹਿਲੇ ਆਪਾਂ ਡਿਸਕਸ ਵੀ ਕੀਤਾ ਸੀ ਗ੍ਰਹਿ ਹੋਮ ਇੰਸ਼ੋਰੈਂਸ ਸਮਥਿੰਗ ਸ਼ੁਰੂ ਕੀਤਾ ਸੀ ਇਹਨਾਂ ਨੇ I R D I ਨੇ ਤਾਂ I R D I ਹਾਈਦਰਾਬਾਦ ਦੇ ਵਿੱਚ ਹੈਡਕੁਆਟਰ ਹੈ ਔਰ 1999 ਦੇ ਵਿੱਚ ਬਣਾਇਆ ਗਿਆ ਸੀ ਇਹਨਾਂ ਦੇ ਹੈੱਡਕੌਨ ਨੇ ਹੈੱਡ ਨੇ ਚੇਅਰਮੈਨ ਸੁਭਾਸ਼ ਕੁਮਾਰ ਚੰਦਰ ਖੁੰਤੀਆ ਆਈਆਈਡੀਆਈ ਨੇ ਕੀ ਕਰਿਆ ਇੱਕ ਪੈਨਲ ਬਣਾਇਆ ਹੁਣ ਇੱਕ ਹੈਲਥ ਕਵਰ ਅਨਾਉਂਸ ਕਰਨ ਦੇ ਲਈ ਜਿਸ ਤਰੀਕੇ ਨਾਲ ਹੋਮ ਇੰਸ਼ੋਰੈਂਸ ਇਹਨਾਂ ਨੇ ਕੁਝ ਦਿਨ ਪਹਿਲੇ ਸ਼ੁਰੂ ਕੀਤਾ ਉਸੇ ਤਰੀਕੇ ਨਾਲ ਇੱਕ ਹੈਲਥ ਕਵਰ ਸ਼ੁਰੂ ਕਰਨਾ ਹੈ ਤਾਂ ਹੈਲਥ ਕਵਰ ਸ਼ੁਰੂ ਕਰਨ ਦੇ ਲਈ ਇੱਕ ਐਡਵਾਈਜ਼ਰੀ ਪੈਨਲ ਬਣਾਇਆ ਅੰਡਰ ਚੇਅਰਮੈਨ ਸੁਭਾਸ਼ ਚੰਦਰ ਖੁੰਤੀਆ ਨੈਕਸਟ ਹੈ ਐਨਆਈਸੀ ਐਨਆਈਸੀ ਨੈਸ਼ਨਲ ਇਨਫੋਰਮੇਸ਼ਨ ਸੈਂਟਰ ਨੈਸ਼ਨਲ ਇਨਫੋਰਮੇਸ਼ਨ ਸੈਂਟਰ 1976 ਦੇ ਵਿੱਚ ਬਣਾਇਆ ਗਿਆ ਸੀ ਦਿੱਲੀ ਦੇ ਵਿੱਚ ਹੈੱਡਕੁਆਟਰ ਹੈ ਔਰ ਨੀਤਾ ਵਰਮਾ ਨੀਤਾ ਵਰਮਾ ਇਸ ਦੇ ਹੈੱਡ ਨੇ ਇਹਨਾਂ ਨੇ ਸੀਬੀਐਸਸੀ ਦੇ ਨਾਲ ਮਿਲ ਕੇ ਸੀਬੀਐਸਸੀ 1962 ਦੇ ਵਿੱਚ ਹੈੱਡਕੁਆਟਰ ਹੈ 1962 ਦੇ ਵਿੱਚ ਬਣਾਇਆ ਗਿਆ ਸੀ ਦਿੱਲੀ ਦੇ ਵਿੱਚ ਹੈੱਡਕੁਆਟਰ ਮਨੋਜ ਅਹੂਜਾ ਹੈੱਡ ਨੇ ਮਿਲ ਕੇ ਕੀ ਕੀਤਾ ਇੱਕ ਸੌਫਟਵੇਅਰ ਲਾਂਚ ਕੀਤਾ ਕੋਲਾਬ ਕੈਡ ਸੌਫਟਵੇਅਰ ਕੋਲਾਬ ਕੈਡ ਸੌਫਟਵੇਅਰ ਜਿਸ ਦੇ ਅੰਦਰ ਇੰਜੀਨੀਅਰਿੰਗ ਇੰਜੀਨੀਅਰਿੰਗ ਸਟੂਡੈਂਟਸ ਨੂੰ ਗ੍ਰਾਫਿਕਸ ਦੇ ਲਈ ਹੈਲਪ ਕੀਤੀ ਜਾਏਗੀ ठीक है ग्राफ ग्राफिक्स वैलअप वगैरह प्रिपेयर करने के लिए हेल्प करवाई जाएगी डायरैक्टली याद रखा कि सी बी एस ई ने एन आईसी मिलकर इसको बनाया आर बी आई आर बी आई द्वारा महाराष्ट्र वसंत दारा वसंतारा नीलगिरी सहकारी बैंक वसंत दारा नील नगिरी सहकारी बैंक का लाइसेंस कैंसल किया गया ठीक है डायरैक्टली बैंक दे के हेडकुआटर पूछा जा सकता है महाराष्ट्र के इस आर बी आई के फैक्ट पूछे जा सकते हैं तो है, वो आप डिस्कस कर लेंगे ठीक है जी हालांकि न्यूज़ पुरानी हो गई सर आपको बेसिकली डिस्कस भी नहीं करना क्योंकि काफ़ी रेयर चांसिज होंगे ने इस तरीके के कोश्चन पुछन है एक क्वेश्चन काफ़ी इंपोर्टेंट रहेगा डीआर डी ओ डीआर डी ओ द्वारा ए एस एम आई डेवलप किया गया ए एस एम आई एक की चीज़ है ए एस एम आई की चीज़ है तो ई एस एम आई एक पिस्टल है एक मशीन पिस्टल इंपोर्टेंट रहेगी डिस्कस फॉर एग्जाम्पल अगर आप गल करते हैं अर्जुन ਟੈਂਕ ਹੈ ਠੀਕ ਹੈ ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰਦੇ ਹਾਂ ਕੁਝ ਮਿਸਾਈਲਜ਼ ਦੀ ਅਗਰ ਆਪਾਂ ਗੱਲ ਕਰ ਲਵਾਂ ਨਾ ਬ੍ਰਹਮੋਸ ਮਿਸਾਈਲ ਹੋ ਗਿਆ ਠੀਕ ਹੈ ਹੋਰ ਵੀ ਡਿਫਰੈਂਟ ਡਿਫਰੈਂਟ ਮਿਸਾਈਲਜ਼ ਹੁੰਦੀਆਂ ਨੇ ਜਿਹੜੀਆਂ ਆਪਾਂ ਕਈ ਵਾਰ ਡਿਸਕਸ ਕੀਤੀਆਂ ਨੇ ਮੀਡੀਅਮ ਰੇਂਜ ਹੁੰਦੀਆਂ ਨੇ ਹਾਈ ਰੇਂਜ ਹੁੰਦੀਆਂ ਨੇ 에어 ਟੂ 에어 에어 ਟੂ ਸਰਫੇਸ ਸਰਫੇਸ ਟੂ 에어 ਇਸ ਤਰੀਕੇ ਨਾਲ ਕੁਐਸਚਨਸ ਹਰ ਇੱਕ ਚੀਜ਼ ਬਾਰੇ ਡਿਟੇਲ ਦੇ ਵਿੱਚ ਅੱਜਕਲ ਪੁੱਛੇ ਜਾਂਦੇ ਨੇ ਠੀਕ ਹੈ ਫੋਰ ਐਗਜ਼ਾਮਪਲ ਅਗਰ 에어ਕ੍ਰਾਫਟ ਦੀ ਗੱਲ ਕਰਦੇ ਹਾਂ ਤਾਂ ਕਿਹੜਾ 에어ਕ੍ਰਾਫਟ ਕਿਹੜੀ ਕੰਟਰੀ ਤੋਂ ਖਰੀਦਿਆ ਗਿਆ ਕਿਹੜਾ ਤੇਜਸ ਹੋ ਗਿਆ ਇਹ ਖੁਦ ਬਣਾਇਆ ਗਿਆ ਇੰਡੀਜਨਸਲੀ ਡਵੈਲਪਡ ਹੈ ਐਚਏਐਲ ਦੁਆਰਾ ਹੁਣੇ ਆਪਾਂ ਡਿਸਕਸ ਕੀਤਾ ਹੈ ਠੀਕ ਹੈ ਰਫਾਲ ਜੇ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਫਰਾਂਸ ਤੋਂ ਲਿੱਤਾ ਗਿਆ ਹੈ ਠੀਕ ਹੈ ਇਸ ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਨੇ ਅਪਾਚੀ ਹੋ ਗਿਆ ਚੀਨੂਕ ਹੋ ਗਿਆ ਤਾਂ ਇਹ ਹੈਲੀਕਾਪਟਰਸ ਨੇ ਕਿਥੋਂ ਲਿੱਤੇ ਗਏ ਨੇ ਇਹ ਯੂਐਸਏ ਤੋਂ ਲਿੱਤੇ ਗਏ ਨੇ ਇਜ਼ਰਾਈਲ ਦੀ ਹੈਲਪ ਦੇ ਨਾਲ ਗਨਸ ਬਣਾਈਆਂ ਜਾ ਰਹੀਆਂ ਨੇ ਇਸ ਤਰੀਕੇ ਦੇ ਕੁਐਸਚਨ ਪੁੱਛੇ ਜਾਂਦੇ ਨੇ ਡਰੋਨ ਦੀ ਜੇ ਅਗਰ ਆਪਾਂ ਗੱਲ ਕਰਦੇ ਹਾਂ ਤਾਂ ਭਾਰਤ ਭਾਰਤ ਡਰੋਨ ਯਾਰਖਾਂਗੇ ਡੀਆਰਡੀਓ ਬਣਾ ਰਿਹਾ ਹੈ ਠੀਕ ਹੈ ਇਸ ਤੋਂ ਇਲਾਵਾ ਘਾਹ ਤੱਕ ਡਰੋਨ ਵੀ ਡੀਆਰਡੀਓ ਹੀ ਬਣਾ ਰਿਹਾ ਹੈ ਸੀ ਗਾਰਡੀਅਨ ਸੀ ਗਾਰਡੀਅਨ ਡਰੋਨਸ ਯੂਐਸਏ ਤੋਂ ਲਿੱਤੇ ਗਏ ਨੇ ਡਰੋਨਸ ਨੇ ਸੀ ਗਾਰਡੀਅਨ ਯਾ ਰੱਖਾਂਗੇ ਸੀ ਵਿੰਗ ਸੀ ਵਿੰਗ ਤੋਂ ਯਾ ਰੱਖਾਂਗੇ ਸੀ ਵਿੰਗ ਇੱਕ ਅ ਅੰਡਰਵਾਟਰ ਡਰੋਨਸ ਨੇ ਔਰ ਇਹ ਚਾਈਨਾ ਦੇ ਨੇ ਇਹ ਚਾਈਨਾ ਦੇ ਨੇ ਰੀਸੈਂਟਲੀ ਇੰਡੋਨੇਸ਼ੀਆ ਦੇ ਵਿੱਚ ਇੰਡੀਅਨ ਓਸ਼ੀਅਨ ਦੇ ਵਿੱਚ ਪਾਏ ਗਏ ਸੀ ਤਾਂ ਜਿਹੜੀ ਆਪਣੀ ਨਿਊਜ਼ ਹੈ ਉਹ ਕੀ ਹੈ ਕਿ DRDO ਨੇ ਇੰਡੀਆ ਦੀ ਪਹਿਲੀ ਇੰਡੀਜਨਸਲੀ ਡਵੈਲਪਡ ਮਸ਼ੀਨ ਪਿਸਟਲ ਬਣਾਈ ਹੈ ASM I ASM I 9 ਮਿਲੀਮੀਟਰ ਜਿਹੜੀ ਪਿਸਟਲਸ ਨੇ ਉਹਨਾਂ ਨੂੰ ਰਿਪਲੇਸ ਕਰੇਗੀ ਮਸ਼ੀਨ ਪਿਸਟਲ ASM I ਕਿਸ ਨੇ ਬਣਾਈ ਹੈ ਤਾਂ DRDO ਨੇ ਬਣਾਈ ਹੈ ਇੰਪੋਰਟੈਂਟ ਰਹੇਗੀ ਇਸ ਤੋਂ ਇਲਾਵਾ DRDO ਦੇ ਫੈਕਟ ਇੰਪੋਰਟੈਂਟ ਰਹਿਣਗੇ ਅਗਰ ਆਪਾਂ DRDO ਦੀ ਗੱਲ ਕਰਦੇ ਹਾਂ ਤਾਂ 1 ਜਨਵਰੀ 1958 ਨੂੰ ਬਣਾਇਆ ਗਿਆ ਸੀ ਨਿਊ ਦਿੱਲੀ ਦੇ ਵਿੱਚ ਡੀਆਰਡੀਓ ਦਾ ਹੈੱਡਕੁਆਰਟਰ ਹੈ ਜੀ ਸਤੀਸ਼ ਰੈਡੀ ਜੀ ਸਤੀਸ਼ ਰੈਡੀ ਡੀਆਰਡੀਓ ਦੇ ਹੈੱਡ ਨੈਕਸਟ ਹੈ ਇੰਡੀਅਨ ਆਰਮੀ ਦੇ ਮੇਜਰ ਅਨੂਪ ਮਿਸ਼ਰਾ ਇੰਡੀਅਨ ਆਰਮੀ ਦੇ ਮੇਜਰ ਅਨੂਪ ਮਿਸ਼ਰਾ ਦੁਆਰਾ ਵਰਲਡ ਦੀ ਪਹਿਲੀ ਯੂਨੀਵਰਸਲ ਬੁਲੇਟ ਪ੍ਰੂਫ ਜੈਕਟ ਬਣਾਈ ਗਈ ਹੈ ਯੂਨੀਵਰਸਲ ਬੁਲੇਟ ਪ੍ਰੂਫ ਜੈਕਟ ਬਣਾਈ ਗਈ ਹੈ ਜਿਹੜੀ ਕਿ men and women ਦੋਨਾਂ ਦੇ ਲਈ ਕੰਪੈਟੀਬਲ ਹੈ ਦੋਨੋਂ ਯੂਜ਼ ਕਰ ਸਕਦੇ ਨੇ ਔਰ ਫਰਸਟ ਫਲੈਕਸੀਬਲ ਬੋਡੀ ਆਰਮਰ ਹੈ ਪਹਿਲਾ ਫਲੈਕਸੀਬਲ ਬੋਡੀ ਆਰਮਰ ਹੈ ਜਿਸ ਦਾ ਨਾਮ ਰੱਖਿਆ ਗਿਆ ਸ਼ਕਤੀ ਸ਼ਕਤੀ ਨਾਮ ਰੱਖਿਆ ਗਿਆ ਕਿਸ ਨੇ ਬਣਾਇਆ ਹੈ ਇਹ ਅਨੂਪ ਮਿਸ਼ਰਾ ਦੁਆਰਾ ਇੰਡੀਅਨ ਆਰਮੀ ਦੇ ਮੇਜਰ ਅਨੂਪ ਮਿਸ਼ਰਾ ਦੁਆਰਾ ਠੀਕ ਹੈ ਜੀ ਇਸ ਤੋਂ ਇਲਾਵਾ ਇੱਕ ਹੋਰ ਨਿਊ ਤੁਹਾਨੂੰ ਇਸੇ ਤਰੀਕੇ ਦੀ ਨਿਊਜ਼ ਯਾਦ ਆਂਦੀ ਹੋਵੇਗੀ ਕਿ ਇੱਕ ਹੈਲਮਟ ਵੀ ਬਣਾਇਆ ਗਿਆ ਸੀ ਹੈਲਮਟ ਵੀ ਇਹਨਾਂ ਦੁਆਰਾ ਹੀ ਬਣਾਇਆ ਗਿਆ ਸੀ ਅਨੂਪ ਮਿਸ਼ਰਾ ਪਰਸਨ ਦਾ ਨਾਮ ਇੰਪੋਰਟੈਂਟ ਰਹੇਗਾ ਹੈਲਮਟ ਇੱਕ ਹੈਲਮਟ ਬਣਾਇਆ ਗਿਆ ਸੀ ਬੁਲੇਟ ਪ੍ਰੂਫ ਹੈਲਮਟ ਵਰਲਡ ਦਾ ਪਹਿਲਾ ਬੁਲੇਟ ਪ੍ਰੂਫ ਹੈਲਮਟ ਅਨੂਪ ਮਿਸ਼ਰਾ ਦੁਆਰਾ ਹੀ ਬਣਾਇਆ ਗਿਆ ਸੀ Next, दे, है, व्हाट इज़ द रैंक ऑफ इंडिया ऑन थर्ड एडिशन ऑफ डिजिटल इवोल्यूएशन स्कोरबोर्ड डिजिटल इवोल्यूशन स्कोरबोर्ड ब्रेकआउट इकोनॉमिक लिस्ट के जो कि जारी की गई है टफ्स टप्स यूनिवर्सिटी ने मास्टर कार्ड निकल के तीसरा एडिशन है इंडिया का किन्वा रैंक है तो इंडिया चौथे रैंक इंडिया चौथे रैंक टॉप किया गया चाइना द्वारा सैकंड प्लेस पर अज़रबेजान रहा ਠੀਕ ਹੈ ਅਗਰ ਅਜ਼ਰਬੈਜਾਨ ਦੀ ਗੱਲ ਕਰਦੇ ਆਂ ਅਜ਼ਰਬੈਜਾਨ ਕੈਪੀਟਲ ਬਾਕੂ ਹੈ ਅਜ਼ਰਬੈਜਾਨ ਬਾਕੂ ਕਰੰਸੀ ਅਤੇ ਮਨਤ ਚਲਦੀ ਹੈ ਠੀਕ ਹੈ ਤਾਂ ਇੰਡੀਆ ਇਸ ਦੇ ਵਿੱਚ ਚੌਥੇ ਨੰਬਰ ਤੇ ਬੇਸਿਕਲੀ ਕੀ ਚੀਜ਼ ਹੈ ਕਿ ਡਿਜੀਟਲ ਮੋਡ ਦੇ ਤ ਤੇ ਕਿੰਨੀ ਈਵੈਲੂਏਸ਼ਨ ਕੀਤੀ ਜਾ ਰਹੀ ਹੈ ਕਿਸ ਤਰੀਕੇ ਨਾਲ ਤਰੱਕੀ ਕੀਤੀ ਜਾ ਰਹੀ ਹੈ ਤਾਂ ਇੰਡੀਆ ਇਸ ਦੇ ਵਿੱਚ ਚੌਥੇ ਨੰਬਰ ਤੇ ਨੈਕਸਟ ਹੈ ਕਾਇਆ ਕਲਪ ਕਾਇਆ ਕਲਪ ਅਵਾਰਡ ਇਸ 기ਵਨ ਇਨ ਵਿਚ ਫੀਲਡ ਸਟੈਟਿਕ ਦੇ ਤੌਰ ਤੇ ਇਹ ਕੁਐਸਚਨ कई बार रिपीट हो सकता है काया कल्प अवार्ड डायरैक्टली पुछा जाए कि काया कल्प अवॉर्ड किस फील्ड सैनीटेशन फील्ड ठीक है क्लीनिंगनस सैनीटे हाईजीन इस फील्ड के काया कल्प अवॉर्ड काया कल्प अवॉर्ड है जरासेंटली दिए ने हालांकि अपने जिन्होंने दिते गए ने इंपोर्टेंट नहीं बनेंगे क्योंकि काफ़ी ज़्यादा ऑर्गनाइजेशन ने जिस तरीके आप डिसकस किया कि प्रवासी भारतीय प्रवासी भारतीय सम्मान अवॉर्ड दिता गया ਤੋ ਹੋ ਵੀ 30 ਤੋਂ ਜ਼ਿਆਦਾ ਲੋਕਾਂ ਨੂੰ ਦਿੱਤਾ ਗਿਆ ਆਪਣੇ ਲਈ ਇੰਪੋਰਟੈਂਟ ਨਹੀਂ ਬਣੇਗੇ ਡਾਇਰੈਕਟਲੀ ਇੰਪੋਰਟੈਂਟ ਬਣਗੇ ਕਿ ਕਿੰਨਾ ਨੇ ਦਿੱਤੇ ਨੇ ਤਾਂ ਪ੍ਰਵਾਸੀ ਭਾਰਤੀ ਅਵਾਰਡ ਦਿੱਤੇ ਗਏ ਸੀ ਪ੍ਰੈਜ਼ੀਡੈਂਟ ਦੁਆਰਾ ਉਸੇ ਤਰੀਕੇ ਨਾਲ ਕਾਇਆਕਲਪ ਅਵਾਰਡ ਦਿੱਤੇ ਗਏ ਨੇ ਹੈਲਥ ਮਿਨਿਸਟਰ ਇੰਡੀਅਨ ਹੈਲਥ ਮਿਨਿਸਟਰ ਡਾਕਟਰ ਹਰਸ਼ ਵਰਧਨ ਨੇ 5th ਐਡੀਸ਼ਨ ਆਫ ਨੈਸ਼ਨਲ ਕਾਇਆਕਲਪ ਅਵਾਰਡ ਅਨਾਉਂਸ ਕੀਤੇ ਨੇ ਠੀਕ ਹੈ ਇੱਕ ਇਨੀਸ਼ੀਏਟਿਵ ਹੈ ਜਿਹੜਾ 15 ਮਈ 2015 ਦੇ ਵਿੱਚ ਲਾਂਚ ਕੀਤਾ ਗਿਆ ਸੀ ਇੰਡੀਅਨ ਸਰਕਾਰ ਦੁਆਰਾ ਹਾਈਜੀਨ ਸੈਨੀਟੇਸ਼ਨ ਔਰ ਕਲੀਨਲੈਸ ਦੇ ਲਈ ਠੀਕ ਹੈ ਕਾਇਆ ਕਲਪ ਅਵਾਰਡ ਇਸ ਤੋਂ ਇਲਾਵਾ ਡਾਕਟਰ ਹਰਸ਼ ਵਰਧਨ ਲਵੇ ਹੈਲਥ ਮਿਨਿਸਟਰੀ ਤੋਂ ਇਲਾਵਾ ਸਾਇੰਸ ਐਂਡ ਟੈਕ ਮਿਨਿਸਟਰੀ ਹੈ ਔਰ ਅਰਥ ਸਾਇੰਸ ਮਿਨਿਸਟਰੀ ਵੀ ਹੈ ਔਰ ਚਾਂਦਨੀ ਚੌਕ ਦਿੱਲੀ ਤੋਂ ਲੋਕ ਸਭਾ ਐਮਪੀ ਨੇ ਡਾਕਟਰ ਹਰਸ਼ ਵਰਧਨ ਨੈਕਸਟ 51st ਇੰਟਰਨੈਸ਼ਨਲ ਫਿਲਮ ਫੈਸਟੀਵਲ 51st ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਗੱਲ ਕਰਦੇ ਆ ਤਾਂ ਕਿਹੜੇ ਪਰਸਨ ਨੂੰ ਇਹਨਾਂ ਦੇ ਵਿੱਚੋਂ ਕਿਹੜੇ ਪਰਸਨ ਨੂੰ ਟ੍ਰਿਬਿਊਟ ਕੀਤਾ ਜਾਏਗਾ ਉਹਨਾਂ ਦੀ 5 ਫਿਲਮ ਪ੍ਰੀਮੀਅਰ ਕਰਕੇ ਸਤਿਆਜੀਤ ਰੌਏ ਇੰਡੀਅਨ ਫਿਲਮ ਮੇਕਰ ਸਤਿਆਜੀਤ ਰੌਏ ਨੂੰ ਟ੍ਰਿਬਿਊਟ ਕੀਤਾ ਜਾਏਗਾ ਉਹਨਾਂ ਦੀ 5 ਫਿਲਮਸ ਨੂੰ ਪ੍ਰੀਮੀਅਰ ਕੀਤਾ ਜਾਏਗਾ ਕਿੱਥੇ 51st ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਵਿੱਚ ਕੱਲ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਯਾਦ ਰੱਖਾਂਗੇ ਔਰ ਇਸ ਦੇ ਰਿਲੇਟਡ ਅਗਰ ਬਾਕੀ ਕੁਐਸ਼ਨਸ ਆਪਾਂ ਕਈ ਵਾਰ ਡਿਸਕਸ ਕਿਤੇ ਨੇ ਦੁਬਾਰਾ ਡਿਸਕਸ ਕਰ ਲੈਣੇ ਆ ਐਡੀਸ਼ਨ ਇੰਪੋਰਟੈਂਟ ਬਣੇਗਾ ਇਕਾਂਜਮਾ ਹੈ ਕਿੱਥੇ ਗੋਆ ਦੇ ਵਿੱਚ ਹੈ ਇਸ ਤੋਂ ਇਲਾਵਾ ਫੋਕਸ ਕਰ ਲਈਏ ਆਪਾਂ ਡਿਸਕਸ ਕਰ ਲਈ ਬੰਗਲਾਦੇਸ਼ ਹੈ ਠੀਕ ਹੈ ਇਸ ਤੋਂ ਇਲਾਵਾ ਪੈਬਲੋ ਸੀਜ਼ਰ ਦੀ ਗੱਲ ਕਰਦੇ ਹਾਂ ਜਿਊਰੀ ਦੇ ਹੈੱਡ ਪੁਆਇੰਟ ਕਿੱਥੇ ਗਏ ਸੀ ਜਿਊਰੀ ਦੇ ਹੈੱਡ ਅਰਜنٹੀਨਾ ਤੋਂ ਬਿਲੋਂਗ ਕਰਦੇ ਨੇ ਬਾਕੀ ਇਹ ਜਿਹੜੇ ਤਿੰਨ ਆਪਸ਼ਨਸ ਨੇ ਇਹ ਵੀ ਜਿਊਰੀ ਦੇ ਮੈਂਬਰ ਨੇ ਪ੍ਰਸਾਣਾ ਵਿਥਾਨਗੇ ਪ੍ਰਸਾਣਾ ਵਿਥਾਨਗੇ ਸ਼੍ਰੀਲੰਕਾ ਤੋਂ ਬਿਲੋਂਗ ਕਰਦੇ ਨੇ ਰੂਬੀਅਤ ਹੁਸੈਨ ਬੰਗਲਾਦੇਸ਼ ਤੋਂ ਬਿਲੋਂਗ ਕਰਦੇ ਨੇ ਅਗਰ ਆਪਾਂ ਗੱਲ ਕਰਦੇ ਹਾਂ ਆਬੂ ਬੇਕਰ ਆਬੂ ਬੇਕਰ ਸ਼ਾਕੀ ਬਿਲੋਂਗ ਕਰਦੇ ਸੀ ਆਬੂ ਬੇਕਰ ਸ਼ਾਕੀ ਅਰਜنٹੀਨਾ ਤੋਂ ਅਰਜنٹੀਨਾ ਤੋਂ ਬਿਲੋਂਗ ਕਰਦੇ ਸੀ नहीं सॉरी ऑस्ट्रिया तो ऑस्ट्रिया तो बिलोंग करते अर्जेंटीना तो पैबलो सीजर बिलोंग करते थे ऑस्ट्रिया तो बिलोंग करते थे आबू बाकर शौकी ऑस्ट्रिया तो ठीक है इसके अलावा एक इंडियन पर्सन से के प्रिया दर्शन प्रिया दर्शन भी ज्यूरी दे मैंबर से के। इस अलावा तो क्वेश्चन बनने गए ओपनिंग मूवी दे क्लोजिंग मूवी दे ओपनिंग मूवी ओपनिंग मूवी रही सी अनादर ओपनिंग मूवी सी अनादर अनादर राउंड अनादर राउंड ठीक है इसदे कितने मूवी इंपोर्टेंट रहेगी डेनमार्क की अनुदर, अनुदर क्लोजिंग मूवी क्लोजिंग मूवी सी वाइफ ऑफ स्पाई वाइफ ऑफ स्पाई एक इतने की मूवी है जापान की अनादर राउंड डायरैक्टर का नाम वाइफ ऑफ स्पाई के डायरैक्टर का नाम अनादर राउंड डायरैक्टर का नाम सेगा मेरे माइंड चो स्किप कर रहा है विंटर वर्ग समथिंग सगा थॉमस विंटरबर्ग थॉमस विंटरबर्ग कला विंटरबर्ग भी याद रख सद इसी तरीके वाइफ ऑफ स्पाई से डायरैक्टर जैपनीज सके कुरू शोभा कुरू शोभा ठीक है याद रखा ਨੈਕਸਟ ਰੀਸੈਂਟਲੀ ਇੰਡੀਅਨ ਕੈਬਿਨੇਟ ਹੈਜ਼ ਅਪਰੂਵਡ ਐਮਓਯੂ ਓਨ ਸਾਇੰਟੀਫਿਕ ਐਂਡ ਟੈਕਨੀਕਲ ਕੋਆਪਰੇਸ਼ਨ ਵਿਦ ਵਿਚ ਆਫ ਦਾ ਫੋਲੋਇੰਗ ਕੰਟਰੀ ਇੰਡੀਆ ਨੇ ਕਿਹੜੀ ਕੰਟਰੀ ਦੇ ਨਾਲ ਐਗਰੀਮੈਂਟ ਕੀਤਾ ਹੈ ਟੈਕਨੀਕਲ ਕੋਆਪਰੇਸ਼ਨ ਔਰ ਸਾਇੰਟੀਫਿਕ ਦੇ ਲਈ ਕੋਆਪਰੇਸ਼ਨ ਦੇ ਲਈ ਤਾਂ ਯੂਏਈ ਦੇ ਨਾਲ ਕਿਹੜੀ ਕੰਟਰੀ ਨੂੰ ਅਪਰੂਵਲ ਦਿੱਤੀ ਗਈ ਹੈ ਯੂਏਈ ਦੇ ਨਾਲ ਅਪਰੂਵਲ ਦਿੱਤੀ ਇਸ ਤੋਂ ਇਲਾਵਾ ਯੂਏਈ ਦੀ ਕੈਪੀਟਲ ਪੁੱਛੀ ਜਾ ਸਕਦੀ ਹੈ ਤਾਂ ਆਬੂਦਾਬੀ ਕਰੰਸੀ ਦਰਹਮ ਚੱਲਦੀ ਹੈ ਯੂਏਈ ਦੇ ਵਿੱਚ कैमल होस्पिटल खोलिया गया वर्ल्ड का पहला दुबई के कैमल होस्पिटल यू ई आई पी एल ऑरगेनाइज किया गया सी याद रखा ड्रीम इलेवन द्वारा स्पोंसर किया गया मुंबई इंडियन द्वारा जितया गया किन्नवीं बार जितया गया पंजवी बार जितया गया आई पी एल किन्नवीं बार है तो थर्टीनथ बार है तेरह एडिशन आई पी एल ठीक है इस तु अलावा बराखा बराखा न्यूकलीयर पावर प्लांट याद रखा यू ईक है हसन हसन कोल प्लांट हसन कोल प्लांट कितने यू ठीक है इस तुला एक होर इंपोर्टेंट चीज़ याद रखा यू ई रिलेटेड रीसेंटली डिस्कस की आयोरा आयोरा याद हो इंडियन ओशियन रिम एसोसीएशन इंडियन ओशियन रिम एसोसी की मीटिंग ऑर्गेनाइज की गई सेयरमैनशिप के अंडर यू ई देयरमैनशिप के अंडर किन्नवीं मीटिंग सी ट्वेंटीएथ मीटिंग से पुराने न्यूज़ को याद रख्या करो आयोरा आयोरा की भीवी मीटिंग यूए ई ने होस्ट की एज ए चेयरमैन इंडिया वालों वी मुरलीधरन द्वारा पार्टीसिपेट किया गया सी। इसके अलावा तो बाकी कंट्रीज रिलेट न्यूज ने डिस्कस करते हैं तो पोर्तूगल मनीष चौहान इंडियन एम्बेडर अपॉइंट किए गए हैं ने पोरतूगल पोरतूगल कैपिटल लिस्बन है करंसी यूरोचल बांग्लादेश इंडिया की जी रिपब्लिक डे परेड है इसके चीफ गैसट कौन ने तो सूरीनामे सूरीनामे के हेड ਸੂਰੀਨਾਮੇ ਦੇ ਹੈੱਡ ਆ ਰਹੇ ਨੇ ਚੰਦਰੀਕਾ ਪ੍ਰਸਾਰ ਇੰਡੀਆ ਦੀ ਵਿਜ਼ਿਟ ਤੇ ਇਸ ਤੋਂ ਇਲਾਵਾ ਰਿਪਬਲਿਕ ਡੇ ਪਰੇਡ ਦੇ ਵਿੱਚ ਬੰਗਲਾਦੇਸ਼ ਦੇ 122 ਕੰਟੇਨਿਜੈਂਟ ਯਾਨੀ ਕਿ 122 ਪਰਸਨਲ ਵੀ 122 ਆਫੀਸਰਸ ਵੀ ਪਾਰਟਿਸਿਪੇਟ ਕਰਨਗੇ ਰਿਪਬਲਿਕ ਡੇ ਦੀ ਪਰੇਡ ਦੇ ਵਿੱਚ ਠੀਕ ਹੈ ਜੀ ਕਿਰਿਜ਼ਗਿਸਤਾਨ ਕਿਰਿਜ਼ਗਿਸਤਾਨ ਦੇ ਨਵੇਂ ਪ੍ਰੈਜ਼ੀਡੈਂਟ ਬਣਾਏ ਗਏ ਨੇ ਸਾਇਦਰ ਜਾਪੇਰੋ ਸਾਇਦਰ ਜਾਪੇਰੋ ਕੈਪੀਟਲ ਬਿਸ਼ਕੇਕ ਹੈ ਕਰੰਸੀ ਸੋਮ ਚਲਦੀ ਹੈ ਮਲੇਸ਼ੀਆ मलेशिया के किंग का नाम पूछा जा सकता है हालांकि न्यूज इंपोर्टेंट नहीं है सिंपली कि मलेशिया ने लॉकडाउन लगे कोविड नाइनटीन के कारण एमरजेंसी अनाउंस की है ठीक है क्वेश्चन पूछा जाएगा मलेशिया के किंग का नाम तो अब्दुल्ला अहमद शाह अब्दुल्ला अहमद शाह इसके अलावा तो कैपिटल करंसी तो कोला लामपुर कैपिटल है करंसी नेक्स्ट है विच ऑफ द फॉलोइंग चीफ मिनिस्टर अनफ दो सौ छियाली फिट टॉल ट्राई कलर बेसिकली तिरंगा तिरंगा लहराया गया दो सौ फिट ऊंचा दो सौ फिट ऊंचा तिरंगा केडे चीफ मिनिस्टर ने लहराया था उत्तर प्रदेश ने यूपी का सब तो हाईएस्ट इस करके न्यूज़ बने क्योंकि यूपी का सब तो हाईएस्ट है ठीक है कितने लहराया गया तो यह यूपी के रामगढ़ तल लेक अपना डिस्कस की रामगढ़ लेक ਰਾਮਗੜh ਲੇਖ ਡਿਸਕਸ ਕੀਤੀ ਸੀ ਕਿੱਥੇ ਹੈ ਗੋਰਖਪੁਰ ਦੇ ਵਿੱਚ ਯੂਪੀ ਦੇ ਗੋਰਖਪੁਰ ਦੇ ਵਿੱਚ ਹੈ ਉੱਥੇ ਇਸ ਨੂੰ ਲਹਿਰਾਇਆ ਗਿਆ ਠੀਕ ਹੈ ਜੀ ਯਾ ਰੱਖਾਂਗੇ ਅੱਛਾ ਰਾਮਖੜh ਲੇਖ ਤੋਂ ਇੱਕ ਇੰਪੋਰਟੈਂਟ ਨਿਊ ਸੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਦੱਸਣੀ ਹੈ ਹਿੰਦ ਦੇ ਦਿਨ ਇੱਕ ਫੈਸਟੀਵਲ ਆਰਗੇਨਾਈਜ਼ ਕੀਤਾ ਜਾਣਾ ਸੀ ਰਾਮਗੜh ਤਲ ਲੇਖ ਤੇ ਇੱਕ ਫੈਸਟੀਵਲ ਆਰਗੇਨਾਈਜ਼ ਕੀਤਾ ਜਾਣਾ ਹੈ ਔਰ ਇੱਕ ਹੋਰ ਇੰਪੋਰਟੈਂਟ ਲਿੰਕ ਦੇ ਦੇਣਾ ਕਿ ਬਰਡਸ ਦੇ ਰਿਲੇਟਡ ਹੈ ਠੀਕ ਹੈ ਕਮੈਂਟ ਬਾਕਸ ਦੇ ਵਿੱਚ ਆਨਸਰ ਇਸ ਤੋਂ ਇਲਾਵਾ ਬਾਕੀ ਸਟੇਟਸ ਨਿਊਜ਼ ਦੇ ਵਿੱਚ ਨੇ ਡਿਸਕਸ ਕਰ ਲੈਣੇ ਆ ਤਾਂ ਸਭ ਤੋਂ ਪਹਿਲੇ ਗੁਜਰਾਤ ਗੁਜਰਾਤ ਦੇ ਚੀਫ ਮਿਨਿਸਟਰ ਨਵੀਂ ਟੂਰਿਜ਼ਮ ਪਾਲਿਸੀ ਅਨਾਉਂਸ ਕੀਤੀ ਹੈ ਗੁਜਰਾਤ ਦੇ ਚੀਫ ਮਿਨਿਸਟਰ ਨੇ ਜਿਸ ਨੂੰ ਇੰਪਲੀਮੈਂਟ 1 ਜਨਵਰੀ 2021 ਤੋਂ 31 ਮਾਰਚ 2025 ਤੱਕ ਲਾਂਚ ਕੀਤਾ ਜਾਏਗਾ ਠੀਕ ਹੈ ਅਗਰ ਆਪਾਂ ਗੱਲ ਕਰਦੇ ਹਾਂ ਯੂਪੀ ਦੀ ਡੇਲੀ ਨਿਊਜ਼ ਦੇ ਵਿੱਚ ਚੱਲ ਰਿਹਾ ਹੈ ਯਾ ਰੱਖਾਂਗੇ ਇੰਪੋਰਟੈਂਟ ਹੈ ਕਾਫੀ ਜ਼ਿਆਦਾ ਨਿਊਜ਼ ਯੂਪੀ ਰਿਲੇਟਡ ਆਪਾਂ ਡਿਸਕਸ ਕਰ ਚੁੱਕੇ ਹਾਂ ਗੁਜਰਾਤ ਦੀ ਅਗਰ ਆਪਾਂ ਗੱਲ ਕਰਦੇ ਹਾਂ ਗੁਜਰਾਤ ਦੁਬਾਰਾ ਹੀ ਸੋਲਰ ਪਾਲਿਸੀ ਵੀ ਲਾਂਚ ਕੀਤੀ ਗਈ ਸੀ ਯਾਦ ਹੋਵੇਗਾ ਸਾਨੂੰ ਕੁਝ ਦਿਨ ਪਹਿਲੇ ਹੀ ਆਪਾਂ ਡਿਸਕਸ ਕੀਤੀ ਸੀ ਸੋਲਰ ਪਾਲਿਸੀ ਹੁਣ ਟੂਰਿਜ਼ਮ ਪਾਲਿਸੀ ਵੀ ਗੁਜਰਾਤ ਦੁਆਰਾ ਹੀ ਲਾਂਚ ਕੀਤੀ ਗਈ ਹੈ ਪ੍ਰੇਮਿਸਟਰ ਨਰਿੰਦਰ ਮੋਦੀ ਗੁਜਰਾਤ ਦੇ ਵਿੱਚ ਇੱਕ ਰੇਲਵੇ ਲਿੰਕ ਨੂੰ ਇਨੌਗਰੇਟ ਕਰਨ ਜਾ ਰਹੇ ਨੇ ਕੇਵਾੜੀਆ ਔਰ ਅਹਮਦਾਬਾਦ ਦੇ ਨੇਰੇ ਕੇਵਾੜੀਆ ਨੂੰ ਅਹਮਦਾਬਾਦ ਦੇ ਨਾਲ ਇੱਕ ਰੇਲਵੇ ਲਿੰਕ ਕਨੈਕਟ ਕੀਤਾ ਜਾਏਗਾ ਨੀਅਰ ਸਟੈਚੂ ਆਫ ਯੂਨਿਟੀ ਥਰੂ ਵਰਚੁਅਲ ਮੋਡ ਵਰਚੁਅਲ ਮੋਡ ਤੇ ਇਸ ਨੂੰ ਇਨੌਗਰੇਟ ਕੀਤਾ ਜਾਏਗਾ ਸਟੈਚੂ ਆਫ ਯੂਨਿਟੀ ਦੇ ਨਜ਼ਦੀਕ ਰੇਲਵੇ ਲਿੰਕ ਕਿਵਾੜੀਆ ਨੂੰ ਅਹਮਦਾਬਾਦ ਦੇ ਨਾਲ ਕਨੈਕਟ ਕਰਨ ਦੇ ਲਈ ਇਸ ਦੇ ਉੱਤੇ ਜਨ ਸ਼ਤਾਬਦੀ ਐਕਸਪ੍ਰੈਸ ਵੀ ਚਲਾਈ ਜਾਏਗੀ ਜਨ ਸ਼ਤਾਬਦੀ ਐਕਸਪ੍ਰੈਸ ਦੇ ਨਾਲ ਕਿਵਾੜੀਆ ਔਰ ਅਹਮਦਾਬਾਦ ਨੂੰ ਜੋੜਿਆ ਜਾ ਰਿਹਾ ਰੇਲਵੇ ਲਿੰਕ ਦੇ ਨਾਲ ਠੀਕ ਹੈ ਜੀ ਯਾਰ ਹਾਲਾਂਕਿ ਕਿਵਾੜੀਆ ਔਰ ਅਹਮਦਾਬਾਦ ਦੇ ਵਿੱਚ ਉਹ ਵੀ ਚਲਾਈ ਗਈ ਸੀ ਜਿਹੜੀ ਆਪਾਂ ਡਿਸਕਸ ਕੀਤੀ ਸੀ ਕਿ ਇੱਕ ਪ੍ਰੋਜੈਕਟ ਚਲਾਇਆ ਗਿਆ ਸੀ 에ਅਰਕ੍ਰਾਫਟ ਪ੍ਰੋਜੈਕਟ ਸੀ ਮੇਰੇ ਮਾਈਂਡ ਚੋਂ ਨਾਮ ਸਕਿਪ ਕਰ ਰਿਹਾ ਹੈ ਏਅਰਕ੍ਰਾਫਟ ਪ੍ਰੋਜੈਕਟ ਜਿਹੜਾ ਚਲਾਇਆ ਗਿਆ ਸੀ ਜਿਸ ਦੇ ਵਿੱਚ 에ਅਰਪਲੇਨ ਸੀ 에ਅਰਪਲੇਨ 에ਅਰਪਲੇਨ ਸਰਵਿਸ ਜਿਹੜੀ ਚਲਾਈ ਗਈਆਂ ਸੀ ਠੀਕ ਹੈ ਕਿੱਥੋਂ ਚਲਾਈ ਗਈਆਂ ਸੀ ਕਿਵਾੜੀਆ ਟੂ ਅਹਮਦਾਬਾਦ ਯਾ ਰੱਖਾਂਗੇ ਔਰ ਜਿਹੜੀ ਇਹ ਸੀ ਪਲੇਨ ਸਰਵਿਸ ਸੀਗੀਆਂ ਸੀ ਪਲੇਨ ਸਰਵਿਸ ਸੀਗੀਆਂ ਇਸ ਦੇ ਵਿੱਚ ਜਿਹੜੇ 에ਅਰਪਲੇਨ ਮੰਗਾਏ ਗਏ ਸੀ ਇਹ ਕਿਹੜੀ ਕੰਟਰੀ ਨੇ ਦਿੱਤੇ ਸੀ ਮਾਲਦੀਵਸ ਤੋਂ ਦਿੱਤੇ ਗਏ ਸੀ ਕਰਨਾਟਕਾ ਦੀ ਗੱਲ ਕਰਦੇ ਹਾਂ ਟੈਸਲਾ ਟੈਸਲਾ ਆਪਣੀ ਪਹਿਲੀ ਸਬਸਿਡਰੀ ਓਪਨ ਕਰ ਰਹਾ ਹੈ ਇੰਡੀਆ ਦੇ ਵਿੱਚ ਤਾਂ ਬੰਗਲੂਰੂ ਦੇ ਵਿੱਚ ਇੰਡੀਆ ਦੇ ਬੰਗਲੂਰੂ ਕਰਨਾਟਕਾ ਦੇ ਵਿੱਚ ਇਹੀ ਵੀਹਿਕਲਸ ਬਣਾਉਂਦੇ ਅਸੀਂ ਡਿਸਕਸ ਕੀਤਾ ਸੀ ਕਿ ਟੈਸਲਾ ਦੁਆਰਾ ਅਨਾਉਂਸਮੈਂਟ ਕੀਤੀ ਗਈ ਕਿ ਉਹ ਇੰਡੀਆ ਦੇ ਵਿੱਚ ਆਏਗਾ, ਈ ਵੀਹਿਕਲਸ ਬਣਾਏਗਾ ਤਾਂ ਫਾਈਨਲੀ ਇੰਡੀਆ ਦੇ ਵਿੱਚ ਪਹਿਲੀ ਸਬਸਿਡਰੀ ਸੈਟਅਪ ਕਰ ਲਈ ਗਈ ਹੈ ਬੈਂਗਲੁਰੂ ਦੇ ਵਿੱਚ, ਬੈਂਗਲੁਰੂ ਕਰਨਾਟਕਾ ਦੇ ਵਿੱਚ। ਹਰਿਆਣਾ ਦੀ ਗੱਲ ਕਰਦੇ ਹਾਂ, ਹਰਿਆਣਾ ਸਰਕਾਰ ਦੁਆਰਾ ਇੰਡੀਆ ਦੀ ਪਹਿਲੀ 에ਅ ਟੈਕਸੀ ਸਰਵਿਸ ਸ਼ੁਰੂ ਕੀਤੀਆਂ ਨੇ ਹਿਸਾਰ ਟੂ ਚੰਡੀਗੜ੍ਹ। ਹਿਸਾਰ ਟੂ ਚੰਡੀਗੜ੍ਹ। ਇਹ ਕਾਫੀ ਅੱਛਾ ਇਨੀਸ਼ੀਏਟਿਵ ਹੈ ਡਿਸਕਸ ਕਰਦੇ ਹਾਂ ਇਸ ਦੇ ਬਾਰੇ ਹਲਕਾ ਜਿਹਾ ਇੰਪੋਰਟ ਅ ਅੱਛਾ ਇਨੀਸ਼ੀਏਟਿਵ ਲੱਗਿਆ ਮੈਨੂੰ ਕਿ ਹਿਸਾਰ ਤੋਂ ਕਿਸਾਰ ਤੋਂ ਚੰਡੀਗੜ੍ਹ ਤੱਕ ਪਹਿਲੀ 에어 ਟੈਕਸੀ ਸਰਵਿਸ ਇੰਡੀਆ ਦੀ ਪਹਿਲੀ 에어 ਟੈਕਸੀ ਸਰਵਿਸ ਸ਼ੁਰੂ ਕੀਤੀ ਗਈ ਹੈ ਠੀਕ ਹੈ ਹਰਿਆਣਾ ਸਰਕਾਰ ਦੁਆਰਾ ਇਸ ਨੂੰ ਸ਼ੁਰੂ ਕੀਤਾ ਗਿਆ ਇਸ ਤੋਂ ਇਲਾਵਾ ਅਨਾਉਂਸਮੈਂਟ ਕੀਤੀ ਗਈ ਕਿ ਹਰਿਆਣਾ ਤੋਂ ਦੇਹਰਾਦੂਨ ਵੀ ਸ਼ੁਰੂ ਕੀਤੀ ਜਾਏਗੀ ਹਰਿਆਣਾ ਤੋਂ ਧਰਮਸ਼ਾਲਾ ਵੀ ਸ਼ੁਰੂ ਕੀਤੀ ਜਾਏਗੀ ਠੀਕ ਹੈ ਇਸ ਤੋਂ ਇਲਾਵਾ ਜਿਹੜਾ ਇਸ ਦੇ ਵਿੱਚ ਕਿਰਾਇਆ ਹੈ ਉਹ ਕਾਫੀ ਅਗਰ ਕਹਾਂਗੇ ਕਿ ਕਾਫੀ ਘਟ ਹੈ ਤਕਰੀਬਨ 1700 ਰੁਪਏ ਕਿਰਾਇਆ ਰੱਖਿਆ ਗਿਆ 17-1800 ਰੁਪਏ ਕਿਰਾਇਆ ਹੈ ਸਿੰਗਲ ਪਰਸਨ ਦਾ ਔਰ ਸਿਰਫ 4 ਪਰਸਨ ਇਸ ਦੇ ਵਿੱਚ ਬੈਠ ਸਕਦੇ ਨੇ ਇੱਕ 에ਅਰਪਲੇਨ ਇਸ 에ਅਰਪਲੇਨ ਦੇ ਵਿੱਚ ਪਰ ਇਹ ਕਾਫੀ ਅੱਛਾ ਇਨੀਸ਼ੀਏਟਿਵ ਹੈ ਠੀਕ ਹੈ ਟੂਰਿਜ਼ਮ ਨੂੰ ਕਾਫੀ ਇਨਕਰੀਜ਼ ਕਰਨ ਦੇ ਲਈ ਲਾਂਚ ਕੀਤਾ ਗਿਆ ਹੈ ਯਾਦ ਰੱਖਾਂਗੇ ਅੱਜ ਦੇ ਲਈ ਬਸ ਇਨਾ ਹੀ ਆਈ ਹੋਪ ਤੁਹਾਨੂੰ ਸੈਸ਼ਨ ਪਸੰਦ ਆਇਆ ਹੋਵੇਗਾ ਸੈਸ਼ਨ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਰਹੋ ਕਾਈਂਡਲੀ ਆਪਣੇ ਫਰੈਂਡਸ ਦੇ ਨਾਲ ਥੈਂਕ ਯੂ ਫॉर ਵਾਚਿੰਗ ਦਾ ਸੈਸ਼ਨ ਗੁੱਡਬਾਈ